ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਉਤ ਤੇ ਸਾਹਿਬ ਸਤਿਗੁਰੂ ਤੇਗ ਬਹਾਦਰ ਧੀਰ ਕਰ ਕਾਰਜ ਮਹਿ ਪਾਲਕੋ ਹਟੇ ਸੰਗ ਭਟ ਪੀਰ ਉਤ ਤੇ ਸਾਹਿਬ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਗਟ ਪ੍ਰਤੱਖ ਗੁਰਾਂ ਦਾ ਸਰੂਪ ਸ਼ਬਦਾ ਅਵਤਾਰ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜਿਸ ਜੇ ਬੜੇ ਅਵਰ ਨਾ ਕੋਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਦਿਨ ਦੇ ਪਿਛਲੇ ਪੈਰ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਰਹਿਮਤ ਕਰਕੇ ਸਾਨੂੰ ਇਹ ਸਾਡੇ ਸਵਾਸ ਸਫਲ ਕਰਨ ਦਾ ਜੀਵਨ ਨੂੰ ਸਫਲ ਬਣਾਉਣ ਦਾ ਸੁਨਹਿਰੀ ਮੌਕਾ ਬਖਸ਼ਿਆ ਹੈ। ਚੱਲ ਰਹੇ ਲੜੀਵਾਰ ਇਤਿਹਾਸ ਦੇ ਪ੍ਰਸੰਗ ਜਿਨ੍ਹਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਕਥਾ ਸੁਣ ਰਹੇ ਸਾਂ ਉਹਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਲ ਲੀਲਾ ਦੇ ਪ੍ਰਸੰਗ ਆਪਾਂ ਸਰਵਣ ਕੀਤੇ ਨੇ। ਕੱਲ੍ਹ ਸਾਖੀ ਸੁਣੀ ਸੀ ਕਿ ਕਿਵੇਂ ਮਹਾਰਾਜ ਸਾਹਿਬ ਗੁਰੂ ਕਲਗੀਧਰ ਸਾਹਿਬ ਹਾਣੀਆਂ ਦੇ ਨਾਲ ਜਦੋਂ ਬੇੜੀ ਮਿਲੀ ਹੈ ਸ਼ਾਹੂਕਾਰ ਨੇ ਬੇੜੀ ਅਰਦਾਸ ਕੀਤੀ। ਰੋਜ਼ ਹੀ ਗੰਗਾ ਦੇ ਕਿਨਾਰੇ ਜਾਂਦੇ ਨੇ, ਉੱਥੇ ਕਈ ਤਰ੍ਹਾਂ ਦੀਆਂ ਖੇਡਾਂ ਕਰਦੇ ਹਨ। ਹੋਰ ਥਾਵੇਂ ਇੱਦਾਂ ਵੀ ਜ਼ਿਕਰ ਆਉਂਦਾ
ਮਹਾਰਾਜ ਸਾਹਿਬ ਗੰਗਾ 'ਤੇ ਜਿਹੜੇ ਕੋਈ ਗੜਵੇ ਭਰ ਭਰ ਕੇ ਪਾਣੀ ਦੇ ਰੱਖਦੇ ਨੇ ਅਤੇ ਹਾਣੀਆਂ ਦੇ ਨਾਲ ਉਹਨਾਂ ਨੂੰ ਰੋੜਦੇ ਜਾਂਦੇ ਨੇ ਅਤੇ ਅੱਗੇ ਨੱਸਦੇ ਜਾਂਦੇ ਹਨ। ਜਿਨ੍ਹਾਂ 'ਚੋਂ ਸ਼ਿਵ ਦੱਤ ਨੇ ਤਾਂ ਮਹਾਰਾਜ ਸਾਹਿਬ ਦੇ ਸਰੂਪ ਦੇ ਵਿੱਚੋਂ ਰਾਮ ਚੰਦਰ ਦੇ ਦਰਸ਼ਨ ਕੀਤੇ ਕਿਉਂਕਿ ਉਹਨਾਂ ਦਾ ਭਗਤ ਸੀ, ਉਹਨਾਂ ਨੂੰ ਉਹੀ ਸਰੂਪ ਮਹਾਰਾਜ ਸਾਹਿਬ ਦਾ ਦਿਖਿਆ। ਕੁਝ ਦਿਨ ਪਹਿਲਾਂ ਤੰਗੀ ਆਈ, ਮੁੜ ਕੇ ਸ਼ਰਧਾ ਰੱਖਣ ਲੱਗ ਪਏ ਸਾਰੇ। ਇੱਕ ਦਿਨ ਘਰ ਦੇ ਕੋਠੇ 'ਤੇ ਖੇਡ ਰਹੇ ਸਨ ਹਾਣੀਆਂ ਨਾਲ, ਹਾਕਮ ਲੰਘਿਆ ਗਲੀ ਦੇ ਵਿੱਚੋਂ, ਉਹਦੇ ਜਿਹੜੇ ਪਿਆਦੇ ਸਨ ਉਹਨਾਂ ਕਿਹਾ ਵੀ ਨਵਾਬ ਜੀ ਨੂੰ ਸਲਾਮ ਕਰੋ ਝੋਕੇ ਬੱਚਿਓ। ਮਹਾਰਾਜ ਸਾਹਿਬ ਨੇ ਆਪਣੇ ਹਾਣੀਆਂ ਨੂੰ ਸਿਖਾਇਆ ਵੀ ਇਹਨਾਂ ਤੁਰਕਾਂ ਨੂੰ ਸਲਾਮ ਨਹੀਂ ਕਰਨੀ, ਦੰਦੀਆਂ ਵਿਖਾਉਣੀਆਂ ਨੇ। ਉਹ ਦੰਦੀਆਂ ਵਿਖਾਈਆਂ ਅਤੇ ਅੱਗੋਂ ਗੁੱਸੇ ਜਾ ਕੇ ਕਹਿੰਦਾ ਵੀ ਇਹ ਬੱਚੇ ਬਾਂਦਰ ਮੂੰਹ ਵਾਲੇ ਕੀ ਕਰ ਰਹੇ ਨੇ। ਮਹਾਰਾਜ ਨੇ ਜਵਾਬ ਦਿੱਤਾ ਤੇਰੀਆਂ ਅੱਖਾਂ ਠੀਕ ਨਹੀਂ ਹੈ, ਇਹ ਤਾਂ ਸਾਰੇ ਸੋਹਣੇ ਸੁਨੱਖੇ ਮਨੁੱਖ ਹੀ ਹਨ, ਬਾਂਦਰ ਮੂੰਹੇ ਤੇ ਤੂੰ ਹੋਵੇਂਗਾ, ਤੇਰੀਆਂ ਅੱਖਾਂ 'ਚ ਹੀ ਨੁਕਸ ਪਿਆ ਹੈ ਨਵਾਬ, ਤੁਹਾਨੂੰ ਰਾਜ ਭਾਗ ਦਾ ਹੰਕਾਰ ਹੈ, ਹੌਲੇ ਹੋ ਕੇ ਜਦੋਂ ਬਹਿ ਗਏ ਫਿਰ ਪਤਾ ਲੱਗੇਗਾ ਤੁਹਾਨੂੰ, ਹੁਣ ਤਾਂ ਕੋਈ ਸੁਝਦਾ ਉੜਦਾ ਨਹੀਂ ਹੈ। ਇਵੇਂ ਸਤਿਗੁਰੂ ਸਾਹਿਬ ਜੀ ਨੇ ਬੜੀ ਨਿਡਰਤਾ ਨਾਲ ਬਚਨ ਕਹੇ, ਇਹ ਵੀ ਕਹਿਤਾ ਵੀ ਤੁਹਾਡਾ ਰਾਜ ਭਾਗ ਜਿਹੜਾ ਹੈ ਉਹ ਰਹੇਗਾ ਨਹੀਂ ਸਲਾਮਤ। ਇਹ ਵੇਖ ਕੇ ਜਿਹੜਾ ਨਵਾਬ ਸੀ ਉਹ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਵੀ ਆ ਜਿਹੜੇ ਬੱਚੇ ਨੇ ਉਹਨਾਂ ਵਿੱਚ ਆ ਇੱਕ ਬਾਲਕ, ਇਹ ਬੜਾ ਹਲੇਮੀ ਦੇ ਨਾਲ ਅਤੇ ਬਹੁਤ ਮਹਾਂਪੁਰਖਾਂ ਵਾਲੀਆਂ ਗੱਲਾਂ ਕਰ ਰਿਹਾ ਹੈ, ਇਹ ਸ਼ਰਾਫ ਦੇ ਰਿਹਾ ਏ। ਮਹਾਵਤ ਕਹਿਣ ਲੱਗਾ ਜੀ ਬੱਚੇ ਨੇ ਜੋ ਮੂੰਹ ਆਏ ਕਹਿ ਦਿੰਦੇ ਹੁੰਦੇ ਹਨ, ਤੁਹਾਡਾ ਤਾਂ ਰਾਜ ਭਾਗ ਸਾਰੀ ਦੁਨੀਆਂ 'ਤੇ ਸਮੁੰਦਰ ਤੀਕਰੋਂ, ਬੱਚਿਆਂ ਨੂੰ ਨਹੀਂ ਕੋਈ ਮਤਬਲ ਹੁੰਦਾ, ਵੱਡੇ ਛੋਟੇ ਨਾ ਖਾਣ ਪੀਣ ਅਤੇ ਖੇਡਣ 'ਤੇ ਮਤਬਲ ਹੈ, ਕੋਈ ਮਰੇ ਕੋਈ ਜੰਮੇ ਇਹਨਾਂ ਨੂੰ ਫਰਕ ਨਹੀਂ ਪੈਂਦਾ। ਇੱਦਾਂ ਦੀ ਗੱਲ ਜੀ ਕਹਿ ਕੇ ਮਹਾਰਾਜ ਸਾਹਿਬ ਜੀ ਪਰਚ ਕੇ ਖੇਡਾਂ 'ਚ ਉਹ ਅੱਗੇ ਨੂੰ ਚਲੇ ਗਏ। ਫਿਰ ਇਹ ਕਹਾਣੀ, ਇੱਕ ਦਿਨ ਗਲੇਲ ਲੈ ਕੇ ਆਇਆ ਘਰੋਂ, ਮਹਾਰਾਜ ਨੇ ਉਹਦੇ ਵਿੱਚ ਗਲੇਲੇ ਪਾ ਕੇ ਮਿੱਟੀ ਦੀਆਂ ਢੀਮਾਂ ਜੀਆਂ ਨਿਸ਼ਾਨਾਂ ਲਾਇਆ ਅਤੇ ਆਪਣੇ ਕੋਲ ਹੀ ਰੱਖ ਲਈ। ਫਿਰ ਉਹੋ ਜਿਹੀ ਹੋਰ ਬਣਵਾ ਲਈ ਬਾਂਸ ਦੀ। ਹਾਣੀਆਂ ਨੂੰ ਵੀ ਕਹਿਣ ਲੱਗੇ ਵੀ ਤੁਸੀਂ ਵੀ ਗਲੇਲਾਂ ਲੈ ਕੇ ਆਇਆ ਕਰੋ, ਹਰ ਵੇਲੇ ਹੱਥ 'ਚ ਰੱਖੋ, ਆਪ ਨਿਸ਼ਾਨਾ ਲਾਉਂਦੇ ਨੇ, ਹਾਣੀਆਂ ਨੂੰ ਦੱਸਦੇ ਨੇ ਵੀ ਕਿਵੇਂ ਨਿਸ਼ਾਨਾ ਲਾਉਣਾ ਹੈ। ਇਵੇਂ ਗਲੇਲਾ ਲੈ ਕਰਕੇ ਗਲੇਲ ਅਤੇ ਗਲੇਲੇ ਵਿੱਚ ਪਾ ਕੇ ਅਤੇ ਐਸਾ ਅਭਿਆਸ ਕਰਨ ਲੱਗ ਪਏ ਮਾਨੋ ਜਿਸ ਕਾਰਜ ਵਾਸਤੇ ਆਏ ਸਨ, ਉਹ ਯੁੱਧ ਵਿੱਦਿਆ ਸ਼ਸਤਰ ਵਿੱਦਿਆ ਬਚਪਨ ਤੋਂ ਹੀ ਮਹਾਰਾਜ ਸਾਹਿਬ ਜੀ ਨੇ ਸਿੱਖਣੀ ਆਰੰਭ ਕਰ ਦਿੱਤੀ ਹੈ। ਇਵੇਂ ਮਹਾਰਾਜ ਨੇ ਬਾਲ ਲੀਲਾ ਦੇ ਵਿੱਚ ਅਨੇਕਾਂ ਹੀ ਕੌਤਕ ਕੀਤੇ ਦਸਵੇਂ ਪਾਤਸ਼ਾਹ ਨੇ, ਅਤੇ ਕਵੀ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਲ ਲੀਲਾ ਦੇ ਕੁਝ ਪ੍ਰਸੰਗ ਕਹਿ ਸੁਣਾਏ ਸਿੱਖ ਸੰਗਤਾਂ ਦੇ ਤਾਈ, ਜੋ ਅੱਜ ਇਸ ਤੋਂ ਅੱਗੇ ਸਾਖੀ ਆ ਰਹੀ ਹੈ। ਉੱਧਰ ਆਸਾਮ ਗਏ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹ ਵਾਪਸ ਹੁਣ ਪਟਨੇ ਨੂੰ ਆ ਰਹੇ ਨੇ। ਜਿਵੇਂ ਪਟਨੇ ਸ਼ਹਿਰ 'ਚ ਪਹੁੰਚਦੇ ਹਨ, ਬਾਲਾ ਪ੍ਰੀਤਮ ਆਪਣੇ ਸਪੁੱਤਰ ਗੋਬਿੰਦ ਰਾਏ ਜੀ ਦੇ ਨਾਲ ਮੇਲ ਮਿਲਾਪ ਹੁੰਦਾ ਹੈ 5 ਸਾਲਾਂ ਪਿੱਛੋਂ। 5 ਵਰ੍ਹਿਆਂ ਦੇ ਹੋ ਗਏ ਸਨ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਮਿਲਾਪ ਹੋਇਆ। ਸਤਿਗੁਰਾਂ ਦੇ ਮਿਲਾਪ ਦੀ ਖੁਸ਼ੀ ਦੇ ਵਿੱਚ ਸਿੱਖ ਸੰਗਤਾਂ ਨੇ ਬਹੁਤ ਆਨੰਦ ਮਾਣਿਆ। ਦਰਸ਼ਨ ਕਰਨ ਦੇ ਲਈ ਸਿੱਖ ਸੰਗਤਾਂ ਦੀ ਜਿਵੇਂ ਭੀੜ ਉਮੜ ਕੇ ਆਈ ਵੀ ਉਹ ਸਮਾਂ ਵੇਖਣਾ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪੁੱਤਰ ਨੂੰ ਗਲਵੱਕੜੀ ਵਿੱਚ ਲੈ ਕੇ ਮਿਲਣਗੇ। ਸੋ ਇਹ ਸਾਖੀ ਅੱਜ ਆਪਾਂ ਸਰਵਣ ਕਰਾਂਗੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਰੀਏ ਧਿਆਨ।
ਰਸਨਾ ਕਰੋ ਪਵਿੱਤਰ ਸਾਰੀ ਸੰਗਤ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਤ ਤੇ ਸਾਹਿਬ ਸਤਿਗੁਰੂ ਸੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਉੱਧਰ ਅਸਾਮ ਦੇ ਵਿੱਚ ਜਿੱਥੇ ਰਾਮ ਸਿੰਘ ਰਾਜੇ ਦੇ ਨਾਲ ਜੈਪੁਰ ਦੇ ਰਾਜੇ ਦੀ ਸੁਲਾਹ ਕਰਾਈ ਹੈ ਗਰੀਬ ਨਵਾਜ਼ ਸਤਿਗੁਰਾਂ ਨੇ। ਕਹਿੰਦੇ ਪਟਨੇ 'ਚ ਤਾਂ ਮਹਾਰਾਜ ਖੇਡਾਂ ਕਰ ਰਹੇ ਨੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ, ਅਤੇ ਉੱਧਰ ਸਾਹਿਬ ਸਤਿਗੁਰੂ ਜੀ ਤੇਗ ਬਹਾਦਰ ਧੀਰ ਗੁਰੂ ਤੇਗ ਬਹਾਦਰ ਸਾਹਿਬ ਧੀਰਜ ਧਾਰੀ ਸਤਿਗੁਰੂ ਹਨ ਅਸਾਮ ਵਾਲੇ ਪਾਸੇ ਤੋਂ। ਹਰ ਕਾਰਜ ਮਹਿ ਪਾਲਕੋ ਆ ਰਾਜੇ ਰਾਮ ਸਿੰਘ ਦਾ ਜਿਹੜਾ ਕਾਰਜ ਸੀ ਉਹ ਕਰਕੇ ਭਾਵ ਸੁਲਾਹ ਕਰਾ ਕਰਕੇ ਦੋਵਾਂ ਰਾਜਿਆਂ ਦੀ ਆਪਸ ਵਿੱਚ ਹਟੇ ਸੰਗ ਭੱਟ ਭੀਰ ਸੂਰਮਿਆਂ ਦੀ ਭੀੜ ਦੇ ਨਾਲ ਹੀ ਮਹਾਰਾਜ ਵਾਪਸ ਮੁੜੇ ਹਨ ਪਟਨੇ ਨੂੰ। ਭਾਈ ਅਨਕ ਪ੍ਰਕਾਰ ਗੁਰੂ ਕੀ ਸੇਵਾ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਨੇਕਾਂ ਪ੍ਰਕਾਰ ਕਰਕੇ ਰਾਜਾ ਰਾਮ ਸਿੰਘ ਸੇਵਾ ਕਰਦਾ ਹੈ। ਕਰਤ ਭਇਓ ਨ੍ਰਿਪ ਜਾਣਤ ਭੇਵਾ ਆ ਭੇਦ ਜਾਣਦਾ ਹੈ ਨਾ ਵੀ ਇੱਕ ਤਾਂ ਇਹ ਪਰਮੇਸ਼ਰ ਨੇ ਆਪ, ਦੂਸਰਾ ਇਹਨਾਂ ਨੇ ਮੇਰੇ ਕਾਰਜ ਰਾਸ ਕੀਤੇ ਨੇ ਤੇ ਸੇਵਾ 'ਚੋਂ ਹੀ ਮੇਵਾ ਮਿਲਣਾ ਲਾਭ ਮਿਲਣਾ। ਰਾਜਾ ਜੈਪੁਰ ਦਾ ਰਾਮ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਭੇਦ ਜਾਣ ਕੇ ਤੇ ਭਾਵਨਾ ਨਾਲ ਸੇਵਾ ਕਰਦਾ ਹਰ ਤਰ੍ਹਾਂ। ਦੇਸ਼ ਕਾਮਰੂ ਸਰ ਕਰ ਦੀਨਾ ਇਹ ਜਾਣਦਾ ਹੈ ਵੀ ਸਤਿਗੁਰੂ ਦੀ ਵੀ ਕਿਰਪਾ ਹੈ, ਜਿਹੜਾ ਕਾਮਰੂਪ ਦੇਸ਼ ਮੈਨੂੰ ਸਰ ਕਰਾਤਾ। ਇਹ ਜਿੱਤਣ ਵਾਂਗ ਹੀ ਹੁੰਦਾ ਜਦੋਂ ਕਿਸੇ ਨਾਲ ਸਮਝੌਤਾ ਹੋ ਜਾਵੇ ਤੇ ਇਹਨਾਂ ਨੇ ਵੀ ਮੇਰਾ ਬਿਨਾਂ ਕੋਈ ਨੁਕਸਾਨ ਹੋਇਆ ਸੰਧੀ ਕਰਾ ਦਿੱਤੀ ਹੈ। ਅਧਿਕ ਆਨੰਦ ਲਸ਼ਕਰ ਪੀਨਾ ਸੋ ਇਸ ਤਰ੍ਹਾਂ ਬਹੁਤ ਆਨੰਦ ਦੇ ਸਹਿਤ ਲਸ਼ਕਰ ਪੀਨਾ ਕਹਿੰਦੇ ਤਗੜੀ ਫੌਜ ਹੈ ਜਿਸ ਦੀ, ਬਹੁਤ ਖੁਸ਼ ਹੋਇਆ ਫੌਜ ਸਮੇਤ। ਸੰਮਤ ਕੇਤਕ ਤਹਾਂ ਬਿਤਾਏ ਕੁਝ ਕੁ ਸਾਲ ਇਹ ਅਸਾਮ ਦੇ ਬਾਰਡਰ ਦੇ ਉੱਤੇ ਹੱਦ ਦੇ ਉੱਤੇ ਬ੍ਰਹਮਪੁੱਤਰ ਨਦੀ ਤੇ ਬਤੀਤ ਕੀਤੇ ਸਤਿਗੁਰਾਂ ਸਮੇਤ। ਅਤੇ ਲੈਣ ਕੀ ਬੰਬ ਵਜਾਏ ਤੇ ਜੋ ਫਤਿਹ ਪ੍ਰਾਪਤ ਕਰਨ ਦੇ ਲਈ ਨਗਾਰੇ ਵਜਾ ਦਿੱਤੇ ਪਾਪ ਕੇ ਜਿੱਤ ਦੇ ਨਗਾਰੇ ਵਜਾ ਕੇ ਵਾਪਸ ਮੁੜੇ ਹਨ। ਪਟਨੇ ਦੇਸ਼ ਕੋ ਕੂਚ ਕਰਾਇਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਆਗਿਆ ਪਾ ਕੇ ਰਾਜੇ ਰਾਮ ਸਿੰਘ ਨੇ ਆਪਣੀ ਫੌਜ ਦਾ ਵੀ ਜਿਹੜਾ ਕੂਚ ਹੈ ਜਿਹੜਾ ਚਾਲਾ ਹੈ ਪਟਨੇ ਸ਼ਹਿਰ ਵੱਲ ਨੂੰ ਪਾ ਦਿੱਤਾ। ਰਾਮ ਸਿੰਘ ਰਾਜਾ ਹਰਖਾਇਓ ਤੇ ਜਦੋਂ ਮਹਾਰਾਜ ਨੇ ਕਿਹਾ ਨਾ ਵੀ ਹੁਣ ਆਪਾਂ ਪਟਨੇ ਨੂੰ ਜਾਣਾ ਹੈ ਤਾਂ ਰਾਜਾ ਰਾਮ ਸਿੰਘ ਗੁਰਾਂ ਦਾ ਹੁਕਮ ਸੁਣ ਕੇ ਬਹੁਤ ਖੁਸ਼ ਹੋਇਆ। ਸੰਗ ਗੁਰੂ ਕੇ ਚਾਹੇ ਉਹ ਪਿਆਨਾ ਇਹ ਚਾਹੁੰਦਾ ਹੈ ਵੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਨਾਲ ਹੀ ਜਾਵਾਂ ਜਿਵੇਂ ਪਟਨੇ ਤੋਂ ਆਏ ਸਾਂ, ਕਿਉਂਕਿ ਮੁਹਿੰਮ ਦਾ ਸਮਾਂ ਤਾਂ ਥੋੜ੍ਹਾ ਹੀ ਸੀ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਉਂਦਿਆਂ ਵਚਨ ਕੀਤਾ ਸੀ ਵੀ ਰਾਜਨ ਜਾਵਾਂਗੇ ਤਾਂ ਤੇਰੇ ਨਾਲ, ਕਦੀ ਅੱਗੇ ਹੋਵਾਂਗੇ ਕਦੀ ਪਿੱਛੇ, ਕਿਉਂਕਿ ਅਸੀਂ ਆਪਣੇ ਸਿੱਖ ਸੇਵਕਾਂ ਨਾਲ ਸੰਗਤ ਕਰਦਿਆਂ ਜਾਣਾ ਅਤੇ ਵਾਪਸ ਆਉਂਦਿਆਂ ਵੀ ਮਹਾਰਾਜ ਸਾਹਿਬ ਜੀ ਐਸਾ ਹੀ ਕਾਰਜ ਕਰਨਾ ਸੀ। ਕਈ ਇਤਿਹਾਸਕਾਰਾਂ ਨੇ ਤਾਂ ਇਹ ਗੱਲ ਹੋਰ ਥੋੜ੍ਹੀ ਖੋਲ੍ਹ ਕੇ ਵੀ ਲਿਖੀ ਹੈ ਵੀ ਇੱਥੋਂ ਮਹਾਰਾਜ ਸਾਹਿਬ ਜੀ ਨੇ ਰਾਜੇ ਨੂੰ ਕਿਹਾ ਸੀ ਵੀ ਤੂੰ ਸਹੀ ਜੇ ਚੱਲ ਅਸੀਂ ਤੇਰੇ ਮਗਰ ਆਵਾਂਗੇ। ਇੱਥੋਂ ਮਹਾਰਾਜ ਜੀ ਕਲਕੱਤੇ ਗਏ ਸਨ, ਉੱਧਰ ਵੀ ਸਾਹਿਬ ਜੀ ਦੇ ਯਾਦਗਾਰੀ ਅਸਥਾਨ ਨੇ। ਉੜੀਸਾ ਦੇ ਵਿੱਚ ਗਏ ਜਗਨਨਾਥਪੁਰੀ ਜਦੋਂ ਰੱਥ ਯਾਤਰਾ ਨਿਕਲਦੀ ਹੈ ਉਸ ਅਸਥਾਨ 'ਤੇ ਮਹਾਰਾਜ ਸਾਹਿਬ ਗਏ, ਫਿਰ ਕਟਕ ਸ਼ਹਿਰ ਦੇ ਵਿੱਚ ਗਏ,
ਭੁਵਨੇਸ਼ਵਰ ਸ਼ਹਿਰ ਦੇ ਵਿੱਚ ਗਏ, ਹੋਰ ਇਹਨਾਂ ਇਲਾਕਿਆਂ 'ਚ ਸਤਿਗੁਰੂ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਹੁਤ ਜ਼ਿਕਰ ਦੂਸਰੇ ਕਈ ਇਤਿਹਾਸਾਂ 'ਚ ਆਉਂਦਾ ਹੈ। ਅਤੇ ਫਿਰ ਉੱਥੋਂ ਮਹਾਰਾਜ ਵਾਪਸ ਆਏ ਸਨ, ਕੁਝ ਸਮਾਂ ਬਤੀਤ ਕਰਕੇ ਗੌਰੀਪੁਰ ਦੇ ਰਾਜੇ ਦੇ ਘਰ ਵੀ ਗਏ ਸਨ, ਜਿਹਦੇ ਘਰ ਦੇ ਵਿੱਚ ਮਹਾਰਾਜ ਦੇ ਬਚਨ ਦੇ ਨਾਲ ਰਾਜਾ ਰਤਨ ਸਿੰਘ ਹੋਇਆ ਅਤੇ ਰਾਜੇ ਰਤਨ ਸਿੰਘ ਦਾ ਜਨਮ ਮਹਾਰਾਜ ਦੀ ਅਰਦਾਸ ਕਰਕੇ ਹੋਇਆ, ਉੱਥੇ ਵੀ ਗਏ ਸਨ ਅਤੇ ਫਿਰ ਪਾਤਸ਼ਾਹ ਵਾਪਸ ਮੁੜੇ ਸਨ ਅਤੇ ਆ ਕੇ ਰਾਜੇ ਦੇ ਨਾਲ ਮਿਲਾਪ ਹੋ ਗਿਆ, ਕਿਉਂਕਿ ਰਾਜਾ ਵੀ ਸਹਿਜੇ ਸਹਿਜੇ ਮਹਾਰਾਜ ਨੂੰ ਉਡੀਕਦਾ ਹੀ ਆ ਰਿਹਾ ਸੀ। ਹੁਣ ਜਦੋਂ ਚੱਲੇ ਨੇ ਵਾਪਸ ਪਟਨੇ ਨੂੰ ਤਾਂ ਰਾਜਾ ਬਹੁਤ ਖੁਸ਼ ਹੋਇਆ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਨਾਲ ਹੀ ਚੱਲਣਾ ਚਾਹੁੰਦਾ ਹੈ। ਬਾਜਹਿ ਆਗੇ ਬ੍ਰਿੰਦ ਨਿਸ਼ਾਨਾ, ਅੱਗੇ ਅੱਗੇ ਬਹੁਤ ਧੰਸੇ ਨਗਾਰੇ ਵੱਜਦੇ ਜਾ ਰਹੇ ਹਨ ਫੌਜ ਦੇ। ਸੇਵਕਾ ਪਰ ਸ਼੍ਰੀ ਤੇਗ ਬਹਾਦਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਲਕੀ ਸਾਹਿਬ ਵਿੱਚ ਸਵਾਰ ਹੋ ਗਏ। ਨਿਰਪ ਕਹਿ ਕਰ ਸੋ ਚੜਾਏ ਸਾਦਰ, ਰਾਜੇ ਨੇ ਸਤਿਕਾਰ ਨਾਲ ਕਹਿ ਕੇ ਵੀ ਮਹਾਰਾਜ ਤੁਸੀਂ ਸੋਹਣੀ ਪਾਲਕੀ ਵਿੱਚ ਹੀ ਆਉਣਾ ਕਰੋ, ਬਿਰਾਜਮਾਨ ਹੋ ਕੇ ਵੀ ਸਤਿਗੁਰਾਂ ਨੂੰ ਪਾਲਕੀ 'ਚ ਬਿਠਾਇਆ ਹੈ। ਕਰਤ ਮੰਜਲ ਪਰ ਮੰਜਲ ਸਦਾਈ, ਇਵੇਂ ਸਦਾ ਮੰਜਲ ਤੇ ਮੰਜਲ ਕਰਦੇ ਆ ਰਹੇ ਨੇ। 12 ਕੋਹ ਦੀ ਇੱਕ ਮੰਜਲ ਹੁੰਦੀ ਹੈ ਅਤੇ ਪੁਰਾਣੇ ਲੋਕ ਪੈਂਡਾਂ ਮੰਜਲਾਂ 'ਚ ਤੈਅ ਕਰਦੇ ਹੁੰਦੇ ਸਨ, ਇੱਕ ਦਿਨ 'ਚ ਇੱਕੋ ਮੰਜਲ ਕਰਦੇ ਸੀ ਅਤੇ ਕਹਿੰਦੇ ਵੀ ਸਦਾ ਹੀ ਰੋਜ਼ ਮੰਜ਼ਿਲ ਦਾ ਪੂਰਾ ਪੈਂਡਾ ਕਰਦਿਆਂ ਹੋਇਆ ਆ ਰਹੇ ਹਨ। ਚਲੇ ਆਏ ਲਸ਼ਕਰ ਸਮੁਦਾਇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਰਾਜਾ ਰਾਮ ਸਿੰਘ, ਰਾਜੇ ਦਾ ਸਮੂਹ ਲਸ਼ਕਰ ਸਮੂਹ ਫੌਜਾਂ ਵੀ ਨਾਲ ਹੀ ਆ ਰਹੀਆਂ ਨੇ। ਡੇਰਾ ਪਰਹੇ ਆਨ ਕਰ ਜਹਾਂ, ਜਿੱਥੇ ਵੀ ਆ ਕੇ ਡੇਰਾ ਕਰਦੇ ਨੇ ਰਾਤ ਠਹਿਰਨ ਵਾਸਤੇ। ਸੁਧ ਪਸਰ ਹੈ ਗੁਰ ਕੀ ਜਹਾਂ ਕਹਾਂ, ਜਿੱਥੇ ਕਿੱਥੇ ਖਬਰ ਚਲੇ ਜਾਂਦੀ ਵੀ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਆਏ ਨੇ ਸਾਡੇ ਇਲਾਕੇ ਵਿੱਚ। ਸੰਗਤ ਮੁਦਦ ਹਿਰਦੈ ਚਲ ਆਵੇ, ਸੰਗਤਾਂ ਨੂੰ ਤਾਂ ਫਿਰ ਚਾਅ ਹੀ ਚੜ ਜਾਂਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਆਏ ਆ, ਕਹਿੰਦੇ ਚਲੋ ਦਰਸ਼ਨ ਕਰੀਏ। ਆਸ ਪਾਸ ਦੇ ਨਗਰਾਂ ਦੇ ਲੋਕ ਵਹੀਰਾਂ ਘੱਟ ਕੇ ਖੁਸ਼ੀ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਹਨ। ਹਰਪ ਅਕੋਰਨ ਦਰਸ਼ਨ ਪਾਵੇ, ਅਨੇਕਾਂ ਹੀ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਨ ਦੇ ਲਈ ਭੇਟਾਵਾਂ ਅਰਪਣ ਕਰਦੇ ਨੇ, ਪ੍ਰੇਮ ਭੇਟਾ ਲਿਆਉਂਦੇ ਹਨ ਸਾਹਿਬਾਂ ਦੇ ਅੱਗੇ, ਭੇਟਾ ਕਰਕੇ ਤੇ ਦਰਸ਼ਨ ਕਰਦੇ ਹਨ। ਦਰਬ ਆਦਿ ਗਨ ਬਸਤ ਅਜਾਇਬ, ਜਿਹਦੇ ਵਿੱਚ ਕੋਈ ਬਹੁਤਾ ਕੋਈ ਧਨ ਲੈ ਆਉਂਦਾ ਹੈ, ਕੋਈ ਨਾਲ ਹੀ ਹੋਰ ਅਜਬ ਅਜਾਇਬ ਹੀ ਕੋਈ ਵਸਤੂ ਲੈ ਆਉਂਦਾ, ਕੋਈ ਕੱਪੜੇ ਲੈ ਕੇ ਆਉਂਦਾ ਏ। ਸਾਹਿਬ ਸਾਰੇ ਮਹਾਰਾਜ ਸਾਹਿਬ ਨੂੰ ਭੇਟਾਵਾਂ ਅਰਪਣ ਕਰਦੇ ਨੇ ਵੀ ਗੁਰੂ ਸਾਹਿਬ ਸਾਡੀ ਪ੍ਰੇਮਾ ਭਗਤੀ ਤੇ ਸਾਡੀ ਸੇਵਾ ਤੇ ਖੁਸ਼ ਹੋ ਜਾਣ। ਬੇਨਤੀ ਕਰੇ ਕਾਮਨਾ ਪੈ, ਫਿਰ ਜੋ ਵੀ ਬੇਨਤੀ ਕਰਦੇ ਮਹਾਰਾਜ ਆਹ ਕਾਰਜ ਹੈ ਤੁਸੀਂ ਪੂਰਾ ਕਰਦੇ ਹੋ ਤੇ ਉਹੀ ਉਹਨਾਂ ਦੀ ਕਾਮਨਾ ਗੁਰੂ ਸਾਹਿਬ ਨਾਵੇਂ ਸਤਿਗੁਰੂ ਪੂਰੀ ਕਰਦੇ ਹਨ। ਜਸ ਕੋ ਉਚਰਤ ਸਦਨ ਸਿੱਧਾ ਹੈ, ਬਸ ਗੁਰੂ ਸਾਹਿਬ ਦੇ ਗੁਣ ਗਾਉਂਦੇ ਹੀ ਘਰ ਨੂੰ ਜਾਂਦੇ ਨੇ ਵੀ ਨਾਵੇਂ ਪਾਤਸ਼ਾਹ ਨੇ ਕਹਿਤਾ ਦੇ ਹੁਣ ਕਾਰਜ ਸਾਡਾ ਹੋ ਕੇ ਹੀ ਰਹੇਗਾ। ਭਏ ਦੁਪਹਿਰੀ ਡੇਰਾ ਘੱਲ ਹੈ, ਹਾਂ ਤੇ ਫਿਰ ਕਈ ਵਾਰਾਂ ਦੁਪਹਿਰ ਦੇ ਸਮੇਂ ਵੀ ਡੇਰਾ ਕਰ ਲੈਂਦੇ ਨੇ ਰਸਤੇ ਦੇ ਵਿੱਚ ਵਿਸ਼ਰਾਮ ਕਰਨ ਲਈ। ਹੋਰ ਹੋਤ ਮਾਰਗ ਦਲ ਚੱਲ ਹੈ, ਤੇ ਫਿਰ ਸ਼ਾਮ ਹੋਣ ਤੀਕਰ ਹਨੇਰਾ ਹੋਣ ਤੀਕਰ ਦੁਪਹਿਰ ਦਾ ਸਮਾਂ ਕੱਟ ਕੇ ਤੇ ਮਾਰਗ ਤੇ ਚੱਲ ਪੈਂਦੇ ਹਨ। ਪਛਲ ਜਾਮ ਰਹੇ ਦਿਨ ਥੋਰੇ, ਆ ਜਿਹੜਾ ਦਿਨ ਦਾ ਪਿਛਲਾ ਪਹਿਰ ਹੈ ਨਾ, ਜਦੋਂ ਇਹਦੇ ਵਿੱਚ ਥੋੜਾ ਜਿਹਾ ਦਿਨ ਬਾਕੀ ਰਹਿ ਜਾਂਦਾ ਏ। ਰਾਮ ਸਿੰਘ ਆਵੇ ਗੁਰ ਓਰੇ, ਉਸ ਵੇਲੇ ਰੋਜ਼ ਹੀ ਫਿਰ
ਰਾਮ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਮਹਾਰਾਜ ਦੀ ਸੰਗਤ ਕਰਨ ਦੇ ਲਈ ਆ ਜਾਂਦਾ ਏ। ਬੰਦਨ ਕਰੇ ਜੁਗਲ ਕਰ ਜੋਰ, ਦੋਵੇਂ ਹੱਥ ਜੋੜ ਕੇ ਨਮਸਕਾਰਾਂ ਕਰਦਾ ਗੁਰੂ ਸਾਹਿਬ ਜੀ ਨੂੰ। ਬਿਨੈ ਬਖਾਨੇ ਚਰਨ ਨਿਹੋਰ, ਮਹਾਰਾਜ ਸਾਹਿਬ ਜੀ ਦੇ ਚਰਨ ਮਨਾਉਂਦਾ, ਪੂਜਦਾ ਤੇ ਬੇਨਤੀਆਂ ਕਰਦਾ ਵੀ ਹੇ ਸਤਿਗੁਰੂ, ਸਾਦਰ ਸਤਿਗੁਰ ਨਿਕਟ ਬਿਠਾਵੈ। ਤੇ ਜਦੋਂ ਰਾਮ ਸਿੰਘ ਰਾਜਾ ਸ਼ਾਮ ਨੂੰ ਮਹਾਰਾਜ ਦੇ ਕੋਲ ਪਿਛਲੇ ਜੇ ਪੈਰ ਆਉਂਦਾ, ਬਾਕੀ ਸਮਾਂ ਤਾਂ ਆਪਣੀ ਫੌਜ ਵਿੱਚ ਹੀ ਵਿਚਰਦਾ, ਤੇ ਪਿਛਲੇ ਪੈਰ ਮਹਾਰਾਜ ਕੋ ਆਉਂਦਾ ਹੈ, ਦਰਸ਼ਨ ਪਰਸਨ ਕਰਦਾ, ਮਹਾਰਾਜ ਵੀ ਸਤਿਕਾਰ ਦੇ ਕੇ ਕੋਲ ਬਿਠਾ ਲੈਂਦੇ ਹਨ। ਕਿਰਪਾ ਦ੍ਰਿਸ਼ਟ ਬਾਤਨ ਬਰਤਾਵੈ, ਕਿਰਪਾ ਦ੍ਰਿਸ਼ਟੀ ਦੇ ਨਾਲ ਅਨੇਕਾਂ ਤਰ੍ਹਾਂ ਦੇ ਬਚਨ ਬਲਾਸ ਕਰਦੇ ਨੇ। ਅਨੇਕ ਵਾਰ ਸਿੱਖ ਪਠੇ ਅਗਾਰੇ, ਇਧਰ ਤਾਂ ਮਹਾਰਾਜ ਇੱਦਾਂ ਸਹਿਜੇ ਸਹਿਜੇ ਆ ਰਹੇ ਨੇ, ਉਧਰ ਮਾਤਾ ਨਾਨਕੀ ਜੀ ਨੇ ਪਹਿਲਾਂ ਵੀ ਕਹਿੰਦੇ ਵੀ ਗੁਰੂ ਸਾਹਿਬ ਜੀ ਨੂੰ ਸੁਨੇਹਾ ਭੇਜਣ ਲਈ ਵੀ ਮਹਾਰਾਜ ਆਪਣੇ ਪੁੱਤਰ ਦੇ ਦਰਸ਼ਨ ਕਰੋ, ਛੇਤੀ ਵਾਪਸ ਆਓ। ਮਾਤਾ ਨਾਨਕੀ ਚਾਹੁੰਦੀ ਹੈ ਵੀ ਮੇਰਾ ਪੁੱਤਰ ਛੇਤੀ ਘਰੇ ਆਵੇ, ਇਸ ਕਰਕੇ ਅਨੇਕਾਂ ਹੀ ਵਾਰ ਕਹਿੰਦੇ ਪਹਿਲਾਂ ਵੀ ਕਈ ਸਿੱਖ ਭੇਜੇ ਸੁਨੇਹਾ ਦੇ ਕੇ। ਮਾਤਾ ਨਾਨਕੀ ਪ੍ਰੀਤ ਸੋ ਧਾਰੀ, ਕਿਉਂਕਿ ਮਾਤਾ ਨਾਨਕੀ ਜੀ ਨੇ ਵੀ ਪਹਿਲਾਂ ਪ੍ਰੀਤ ਧਾਰਨ ਕਰਕੇ ਕਈ ਸਿੱਖ ਘੱਲੇ ਸਨ ਗੁਰੂ ਤੇਗ ਬਹਾਦਰ ਸਾਹਿਬ ਵੱਲ ਸੁਨੇਹਾ ਦੇ ਦੇ ਕੇ। ਬਹੁ ਦਿਨ ਬੀਤੇ ਨਾ ਪੁੱਤਰ ਨਿਹਾਰ, ਇਸ ਤਰ੍ਹਾਂ ਮਾਤਾ ਦੇ ਮਨ ਵਿੱਚ ਤੜਫ ਹੈ ਵੀ ਬੜੇ ਦਿਨ ਲੰਘ ਗਏ ਨੇ, ਮੈਂ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਵਿਛੜਨ ਭਇਓ ਕਦਾਪ ਉਦਾਰ, ਕਿਉਂਕਿ ਕਦੇ ਵੀ ਅੱਗੇ ਬਹੁਤਾ ਚਿਰ ਵਿਛੋੜਾ ਨਹੀਂ ਹੋਇਆ, ਸਦਾ ਨਾਲ ਹੀ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਾਤਾ ਸ਼੍ਰੀ ਨਾਨਕੀ ਜੀ ਦੇ, ਭਾਵੇਂ ਇੱਥੇ ਬੰਦਗੀ ਕਰਦੇ ਰਹੇ ਪਰ ਮਾਤਾ ਜੀ ਦੇ ਕੋਲ ਰਹੇ, ਜਿਸ ਕਰਕੇ ਮਾਤਾ ਨਾਨਕੀ ਨੂੰ ਤੇ ਬਹੁਤਾ ਔਖਾ ਲੱਗਦਾ। ਇੱਕ ਤਾਂ ਮਨ ਵਿੱਚ ਪਿਆਰ ਹੈ, ਦੂਸਰਾ ਚਾਹੁੰਦੇ ਆ ਵੀ ਛੇਤੀ ਆ ਕੇ ਤੇ ਆਪਣਾ ਪੁੱਤਰ ਵੇਖਣ। ਇਸ ਭਾਵਨਾ ਦੇ ਨਾਲ ਕਈਆਂ ਸਿੱਖਾਂ ਨੂੰ ਥੋੜੇ ਥੋੜੇ ਸਮੇਂ ਬਾਅਦ ਮਾਤਾ ਜੀ ਘੱਲਦੇ ਹੀ ਰਹਿੰਦੇ ਹਨ। ਆਮਨ ਤੀਰਥ ਹਿਤ ਦਿਸ਼ ਪੂਰਬ, ਤੇ ਇਸ ਤਰ੍ਹਾਂ ਮਾਤਾ ਵਿਚਾਰਦੀ ਹੈ ਵੀ ਪਹਿਲਾਂ ਹੀ ਅਸੀਂ ਪੰਜਾਬ ਦੇਸ਼ ਤੋਂ ਇਹ ਪੂਰਬ ਵਾਲੀ ਦਿਸ਼ਾ ਨੂੰ ਆਏ ਸੀ ਤੀਰਥ ਯਾਤਰਾ ਕਰਨ ਵਾਸਤੇ, ਸੁਖਦੇ ਵਿਛਰੀ ਨਾਹਿਨ ਪੂਰਬ, ਤੇ ਇੱਥੋਂ ਪਟਨੇ ਤੀਕਰ ਦੇ ਮਾਂ ਸੋਚਦੀ ਹੈ ਵੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪੁੱਤਰ ਦੇ ਨਾਲ ਹੀ ਰਹੀ ਹੈ, ਪਰ ਉਹ ਇੱਥੋਂ ਅੱਗੇ ਹੋਰ ਚਲੇ ਗਏ ਹੈ, ਜਿਸ ਕਰਕੇ ਮੈਂ ਕਦੀ ਵੀ ਆਪਣੇ ਪੁੱਤਰ ਤੋਂ ਵਿਛੜੀ ਨਹੀਂ ਸੀ। ਸੁੱਤੇ ਵਿਛੜੀ ਨਾਹਿਨ ਪੂਰਬ, ਪੂਰਬ ਪਹਿਲਾਂ ਕਦੀ ਵੀ ਪੁੱਤਰ ਦੇ ਨਾਲੋਂ ਵਿਛੋੜਾ ਨਹੀਂ ਸੀ ਹੋਇਆ। ਪੁੱਤਰ ਪਰ ਤੀਖਣ ਧਾਰਤ ਔਰ ਮੈਂ, ਆਪਣੇ ਮੈਂ ਦਿਲ ਦੇ ਵਿੱਚ ਮਾਤਾ ਕਹਿੰਦੀ ਵੀ ਪੋਤਰੇ ਦੀ ਉਡੀਕ ਕਰਦੀ ਸਾਂ ਪਹਿਲਾਂ ਵੀ ਮੇਰੇ ਘਰ ਦੇ ਵਿੱਚ ਪੋਤਰਾ ਖੇਡੇ, ਵਿਚਰ ਰਹੀ ਬਸ ਪਟਨੇ ਪੁਰ ਮੈਂ, ਤੇ ਉਸ ਪੋਤਰੇ ਦੀ ਆਸ ਦੇ ਵਿੱਚ ਮੈਂ ਗੁਰੂ ਤੇਗ ਬਹਾਦਰ ਸਾਹਿਬ ਨਾਲੋਂ ਵਿਛੜ ਕੇ ਪਟਨੇ ਸ਼ਹਿਰ ਦੇ ਵਿੱਚ ਵਸ ਗਈ, ਤਾਂ ਨਾਵੇਂ ਸਤਿਗੁਰੂ ਅੱਗੇ ਅਸਾਮ ਬੰਗਾਲ ਵੱਲ ਚਲੇ ਗਏ। ਅਧਿਕ ਸਨੇਹ ਮਿਲਨ ਕਹੋ ਧਰਤੀ, ਇਸ ਤਰ੍ਹਾਂ ਹੁਣ ਮਾਂ ਚਾਹੁੰਦੀ ਹੈ ਵੀ ਪੋਤਰਾ ਵੀ ਗੁਰੂ ਨਾਨਕ ਸਾਹਿਬ ਨੇ ਦੇ ਦਿੱਤਾ ਹੈ ਤੇ ਮੇਰਾ ਪੁੱਤਰ ਵੀ ਘਰ ਵਿੱਚ ਛੇਤੀ ਆਵੇ, ਬਹੁਤਾ ਨੇਹ ਮਾਂ ਨਾਨਕੀ ਮਿਲਣ ਵਾਸਤੇ ਕਰਦੀ ਹੈ। ਕਾਂਤੀ ਬ੍ਰਿੰਦ ਪਠਾਵਨ ਕਰ, ਥੋੜੇ ਥੋੜੇ ਸਮੇਂ ਬਾਅਦ ਚਿੱਠੀਆਂ ਲਿਖ ਲਿਖ ਕੇ ਗੁਰੂ ਤੇਗ ਬਹਾਦਰ ਸਾਹਿਬ ਵੱਲ ਭੇਜਦੇ ਹੀ ਰਹਿੰਦੇ ਸਨ। ਬਾਰ ਬਾਰ ਜਨਨੀ ਸੁਧ ਪਾਏ, ਤੇ ਇੱਧਰ ਹੁਣ ਜਦੋਂ ਨਾਵੇਂ ਪਾਤਸ਼ਾਹ ਕੋ ਚਿੱਠੀ ਆਉਂਦੀ ਹੈ, ਵਾਰ ਵਾਰ ਆਪਣੀ ਮਾਤਾ ਨਾਨਕੀ ਜੀ ਦੀ ਸੁਧ ਪਾਉਂਦੇ ਨੇ, ਖਬਰ ਪਾਉਂਦੇ ਹਨ। ਚੱਲ ਸ਼੍ਰੀ ਤੇਗ ਬਹਾਦਰ ਰਾਏ, ਆ ਰਾਜਾ ਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਕਰਕੇ ਵੀ ਸਾਡੀ ਮਾਤਾ ਸਾਨੂੰ ਚੇਤੇ ਕਰਦੀ, ਵਾਰ ਵਾਰ ਸਾਨੂੰ ਚਿੱਠੀਆਂ ਭੇਜਦੀ ਹੈ, ਸਿੱਖਾਂ ਹੱਥ ਸੁਨੇਹੇ ਭੇਜਦੀ ਹੈ, ਹੁਣ ਉਹਨਾਂ ਦੀ ਇੱਛਾ ਪੂਰੀ ਕਰਨ ਲਈ ਸਾਨੂੰ
ਚੱਲ ਹੀ ਪੈਣਾ ਚਾਹੀਦਾ ਹੈ ਇੱਥੋਂ। ਆਵਤ ਕੁਸ਼ਲ ਬੂਝ ਬਹੁ ਬਾਰੀ, ਕਿਉਂਕਿ ਜਿਹੜੇ ਸਿੱਖ ਨੇ ਨਾ ਉਹ ਆਉਂਦੇ ਤਾਂ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ, ਅਤੇ ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਕੁਸ਼ਲ ਪ੍ਰਸੰਨਤਾ ਲੈ ਕੇ ਅਤੇ ਵਾਪਸ ਮਾਤਾ ਨਾਨਕੀ ਜੀ ਕੋ ਆਉਂਦੇ ਹੈ, ਅਤੇ ਉੱਥੇ ਜਾ ਕਰਕੇ ਦੱਸਦੇ ਨੇ ਵੀ ਮਾਤਾ ਜੀ ਤੁਹਾਡੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੀ ਸੁੱਖ ਸਾਂਦ ਹੈ, ਸਦਾ ਹੀ ਉਹ ਆਨੰਦ ਵਿੱਚ ਰਹਿੰਦੇ ਹਨ। ਸੁਣ ਕੇ ਸੁਧ ਸੁਣ ਸੁਣ ਮੁੱਧ ਧਾਰੀ, ਤੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸੁੱਖ ਦੀਆਂ ਖਬਰਾਂ ਸੁਣ ਸੁਣ ਕੇ ਮਾਤਾ ਨਾਨਕੀ ਖੁਸ਼ ਹੋ ਜਾਂਦੇ ਰਹੇ ਪਹਿਲਾਂ ਤਾਂ। ਆਵਤ ਗੁਰ ਪਟਨੇ ਔਰ, ਸੋ ਇਸ ਪ੍ਰਕਾਰ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਪੱਤਰ ਭੇਜਿਆ ਨਾ ਮਾਤਾ ਨਾਨਕੀ ਜੀ ਨੇ, ਅਤੇ ਸਾਹਿਬਾਂ ਨੇ ਕਿਹਾ ਵੀ ਹੁਣ ਮਾਤਾ ਜੀ ਨੂੰ ਕੋਈ ਚਿੱਠੀ ਨਾ ਭੇਜਿਓ ਸਾਡੇ ਵੱਲ, ਅਸੀਂ ਛੇਤੀ ਹੀ ਪਟਨੇ ਨੂੰ ਆਵਾਂਗੇ। ਅਤੇ ਉਹ ਗੱਲ ਮਾਤਾ ਨਾਨਕੀ ਜੀ ਨੂੰ ਦੱਸੀ ਤਾਂ ਮਾਤਾ ਜੀ ਬਹੁਤ ਖੁਸ਼ ਹੋਏ ਨੇ। ਅਤੇ ਇੱਧਰ ਇਹ ਮੈਂ ਆਵਤ ਗੁਰ ਪਟਨੇ ਔਰ, ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਾਤਾ ਜੀ ਦੇ ਪ੍ਰੇਮ ਦੀ ਖਿੱਚ ਕਰਕੇ ਪਟਨੇ ਸ਼ਹਿਰ ਵੱਲ ਨੂੰ ਤੁਰੇ ਆ ਰਹੇ ਹਨ। ਰਾਮ ਸਿੰਘ ਜੁੱਤ ਨਿਤ ਉੱਠ ਭੋਰ, ਅੰਮ੍ਰਿਤ ਵੇਲੇ ਵੱਡੇ ਤੜਕੇ ਹੀ ਉੱਠ ਕੇ ਰਾਜੇ ਰਾਮ ਸਿੰਘ ਦੇ ਸਮੇਤ ਤੁਰ ਪੈਂਦੇ ਨੇ। ਮਾਤਾ ਨਾਨਕੀ ਗੁਜਰੀ ਦੋ, ਇੱਧਰ ਸ੍ਰੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੋਵੇਂ ਮਾਤਾਵਾਂ ਹੀ ਬਾਤ ਸੁਣਾਵੇ ਬਹੁ ਬਿਦ ਹੋ। ਅੱਜ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਬੈਠਦੇ ਨੇ ਆਪਣੀ ਮਾਂ ਦੇ ਕੋਲ, ਆਪਣੀ ਦਾਦੀ ਦੇ ਕੋਲ, ਤਾਂ ਉਸ ਵੇਲੇ ਉਹ ਬਹੁਤੀਆਂ ਗੱਲਾਂ ਸੁਣਾਉਂਦੇ ਨੇ ਮਾਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ। ਉਹ ਪੁੱਛਦੇ ਹਨ ਮਾਤਾ ਜੀ ਸਾਡੇ ਪਿਤਾ ਜੀ ਕੀ ਕਰਨ ਗਏ ਨੇ, ਫਿਰ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਦਾ ਤੁਸੀਂ ਨਾਮ ਲੈਂਦੇ ਹੋ ਉਹਨਾਂ ਦੀ ਸਾਨੂੰ ਗੱਲ ਦੱਸੋ, ਸਾਰੇ ਗੁਰੂਆਂ ਦੀਆਂ ਸਾਖੀਆਂ ਦੱਸੋ, ਜੋ ਸਾਡੇ ਦਾਦਾ ਜੀ ਦਾ ਤੁਸੀਂ ਨਾਮ ਲੈਂਦੇ ਉਹਨਾਂ ਬਾਰੇ ਮੈਨੂੰ ਦੱਸੋ। ਐਵੇਂ ਮਹਾਰਾਜ ਸਾਹਿਬ ਜਦੋਂ ਪੁੱਛਦੇ ਨੇ ਤਾਂ ਸ਼੍ਰੀ ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਾਰੀਆਂ ਗੱਲਾਂ ਸੁਣਾਉਂਦੇ ਹਨ। ਸੁਣੋ ਪੁੱਤਰ ਪੰਜਾਬ ਜੋ ਦੇਸ, ਜਦੋਂ ਇੱਕ ਦਿਨ ਮਹਾਰਾਜ ਨੇ ਪੁੱਛਿਆ ਤਾਂ ਮਾਤਾ ਨਾਨਕੀ ਕਹਿੰਦੇ ਵੀ ਹੇ ਪੁੱਤਰ ਸੁਣ, ਵੀ ਜੋ ਪੰਜਾਬ ਦੇਸ਼ ਹੈ ਨਾ, ਜੋ ਮਦਰ ਦੇਸ਼ ਹੈ, ਸਤਿਗੁਰ ਤਿਤ ਹੀ ਬਸੈ ਵਿਸ਼ੇਸ਼, ਵੀ ਸਤਿਗੁਰੂ ਸਾਹਿਬ ਜਿੰਨੇ ਵੀ ਹੋਏ ਨੇ ਨਾ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ, ਤੇ ਹੁਣ ਜੋ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ, ਵਿਸ਼ੇਸ਼ ਕਰਕੇ ਜ਼ਿਆਦਾਤਰ ਮਦਰ ਦੇਸ਼ ਪੰਜਾਬ ਵਿੱਚ ਹੀ ਵੱਸਦੇ ਰਹੇ ਹਨ। ਮਹਾਂ ਜੰਗ ਤੁਰ ਕਨ ਕੇ ਸੰਗ, ਉੱਥੇ ਰਹਿੰਦੇ ਆ। ਮਾਤਾ ਦੱਸਦੀ ਹੈ ਆਪਣੇ ਪੋਤਰੇ ਨੂੰ ਵੀ ਹੇ ਗੋਬਿੰਦ ਸਿੰਘ, ਗੁਰੂ ਗੋਬਿੰਦ ਰਾਏ ਜੀ, ਉੱਥੇ ਰਹਿੰਦੇ ਆ ਹੋਇਆ ਤੁਰਕਾਂ ਦੇ ਨਾਲ ਜੰਗ ਹੋ ਗਿਆ, ਵਾਰ ਵਾਰ ਹੋਏ ਪਟ ਭੰਗ, ਵਾਰ ਵਾਰ ਸੂਰਮੇ ਉਹਦੇ ਵਿੱਚ ਮਾਰੇ ਗਏ, ਸ਼ਹੀਦ ਹੋਏ ਦੋਵਾਂ ਪਾਸਿਆਂ ਤੋਂ। ਸੋਢੀ ਵੰਸ਼ ਸ਼੍ਰੋਮਣ ਮਹਾ, ਜੋ ਸੋਢੀਆਂ ਦੀ ਵੰਸ਼ ਬਹੁਤ ਸ਼੍ਰੋਮਣੀ ਹੈ। ਰਾਮਦਾਸ ਗੁਰ ਜਸ ਜਹ ਕਹਾ, ਜਿੱਥੇ ਕਿੱਥੇ ਵੀ ਉਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਾਸੀ ਹੈ, ਸੋਢੀਆਂ ਦੀ ਵੰਸ਼ ਵਿੱਚ ਗੁਰੂ ਰਾਮਦਾਸ ਸਾਹਿਬ ਹੋਏ ਨੇ। ਪਹਿਲਾਂ ਦੱਸਦੀ ਹੈ ਵੀ ਨਨਕਾਣੇ ਸਾਹਿਬ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਸਾਹਿਬ ਪ੍ਰਗਟ ਹੋਏ, ਫਿਰ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਰਹੇ ਨੇ, ਗੁਰੂ ਅਮਰਦਾਸ ਸਾਹਿਬ ਜੀ ਗੋਂਦਵਾਲ ਸਾਹਿਬ ਰਹੇ, ਉਹਨਾਂ ਤੋਂ ਬਾਅਦ ਸੋਢੀਆਂ ਦੀ ਵੰਸ਼ ਦੇ ਵਿੱਚ ਹੇ ਪੁੱਤਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਹੋਏ ਨੇ, ਜਿਨ੍ਹਾਂ ਦਾ ਜਸ ਜਿੱਥੇ ਕਿੱਥੇ ਸਭ ਥਾਵਾਂ 'ਤੇ
ਗੁਰੂ ਰਾਮਦਾਸ ਜੀ ਦਾ ਜਸ ਫੈਲਿਆ ਹੈ। ਰਾਮਪੁਰ ਜਨਮੇ ਨਗਰ ਵਿਸਾਰ, ਜਿਸ ਗੁਰੂ ਰਾਮਦਾਸ ਜੀ ਦਾ ਜੋ ਜਨਮ ਲਾਹੌਰ ਸ਼ਹਿਰ ਦੇ ਵਿੱਚ ਹੋਇਆ, ਜੋ ਬਹੁਤ ਹੀ ਵੱਡਾ ਸ਼ਹਿਰ ਵਸਦਾ ਏ, ਬਾਹਰ ਵਸੇ ਸ੍ਰੀ ਗੋਇੰਦਵਾਲ, ਫਿਰ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਕੋਲ ਆ ਕਰਕੇ ਵਸਣ ਲੱਗ ਪਏ ਸਨ ਤੁਹਾਡੇ ਵੱਡੇ। ਪ੍ਰਥਮ ਨਗਰ ਤੀਰਥ ਅਬਰਾਮ, ਸਭ ਤੋਂ ਪਹਿਲਾਂ ਕਹਿੰਦੇ ਵੀ ਇਹ ਜਿਹੜਾ ਗੋਇੰਦਵਾਲ ਸਾਹਿਬ ਹੈ ਨਾ, ਇਹ ਤੀਰਥ ਸੀ ਬੜਾ ਸੁੰਦਰ। ਸ਼੍ਰੀ ਅੰਮ੍ਰਿਤਸਰ ਨਾਮ, ਫਿਰ ਗੋਇੰਦਵਾਲ ਸਾਹਿਬ ਤੋਂ ਗੁਰੂ ਰਾਮਦਾਸ ਸਾਹਿਬ ਜੀ ਆਏ, ਅੰਮ੍ਰਿਤਸਰ ਸਾਹਿਬ ਨਗਰ ਪ੍ਰਗਟ ਕੀਤਾ ਚੌਥੇ ਪਾਤਸ਼ਾਹ ਨੇ। ਕਰਿਓ ਬਸਾਵਨ ਰਚੇ ਉਪਾਏ, ਸੋ ਇਹ ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਾਖੀਆਂ ਸੁਣਾਉਂਦੇ ਨੇ ਵੀ ਫਿਰ ਅੰਮ੍ਰਿਤਸਰ ਪਹਿਲਾ ਨਗਰ ਜਿਹੜਾ ਵਸਾਇਆ ਚੌਥੇ ਸਤਿਗੁਰਾਂ ਨੇ, ਪਹਿਲਾਂ ਨਗਰ ਵਸਾਇਆ, ਫਿਰ ਬੜਾ ਸੋਹਣਾ ਹੀ ਉਹਦੇ ਵਿੱਚ ਤੀਰਥ ਅੰਮ੍ਰਿਤਸਰ ਸਾਹਿਬ ਵਸਾਉਣਾ ਕੀਤਾ। ਅਤੇ ਵਿਦਤਿਓ ਸ੍ਰੀ ਅੰਮ੍ਰਿਤਸਰ ਨਾਮ, ਜਿਸ ਤੀਰਥ ਦਾ ਨਾਮ ਅੰਮ੍ਰਿਤਸਰ ਕਰਕੇ ਪ੍ਰਗਟ ਹੋਇਆ ਸਭ ਥਾਵਾਂ ਤੇ। ਬੜੇ ਤੁਮਾਰੇ ਭੇਤ ਇਸ ਥਾਂ, ਸੋ ਕਰਿਓ ਵਸਾਵਨ ਰਚੇ ਉਪਾਏ, ਬੜੇ ਯਤਨ ਕਰਕੇ ਤਾਂ ਇਹ ਤੁਹਾਡੇ ਵੱਡੇ ਸਤਿਗੁਰਾਂ ਨੇ, ਬਜ਼ੁਰਗਾਂ ਨੇ ਨਗਰ ਵਸਾਇਆ ਹੈ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਨੇ 52 ਤਰ੍ਹਾਂ ਦੇ ਕੰਮ ਕਰਨ ਵਾਲੇ ਲੋਕ ਵਸਾਏ ਸਨ ਲਿਆ ਕੇ। ਬਹੁਰ ਪਿਤਾਮੇ ਬੜੇ ਤੁਮਾਰੇ ਭੇਤ ਇਸ ਥਾਏ, ਤੇ ਇਸ ਕਰਕੇ ਇਹ ਪੁੱਤਰ ਜਿਹੜੇ ਤੁਹਾਡੇ ਵੱਡੇ ਹਨ ਸੋਢੀਆਂ ਦੀ ਵੰਸ਼ ਵਿੱਚੋਂ, ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਹੀ ਰਹਿੰਦੇ ਰਹੇ ਹਨ। ਬਹੁਰ ਪਿਤਾਮੇ ਭਏ ਤੁਮਾਰੇ, ਫਿਰ ਵੇਖੋ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਤੁਹਾਡੇ ਵੱਡੇ ਵਡੇਰੇ ਉੱਥੇ ਰਹੇ ਨੇ, ਉਹਨਾਂ ਤੋਂ ਬਾਅਦ ਤੁਹਾਡੇ ਜੋ ਦਾਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਿਆਈ ਤੇ ਬਿਰਾਜਮਾਨ ਹੋਏ, ਜਿਨ੍ਹਾਂ ਨੇ ਲੜਤ ਤੁਰਕ ਗਨ ਹਾਰੇ, ਜਿਨ੍ਹਾਂ ਨੇ ਕਹਿੰਦੇ ਵੀ ਜੰਗ ਕਰਦਿਆਂ ਹੋਇਆਂ ਬਹੁਤੇ ਤੁਰਕ ਮਾਰੇ ਹਨ, ਤੇ ਬਹੁਤੀਆਂ ਫੌਜਾਂ ਤੁਰਕਾਂ ਦੀਆਂ ਹਾਰ ਕੇ ਜਾਂਦੀਆਂ ਰਹੀਆਂ। ਵਸੇ ਪਿਤਾ ਕੇ ਪੁਰ ਕਰਤਾਰੇ, ਫਿਰ ਅੰਮ੍ਰਿਤਸਰ ਸਾਹਿਬ ਵੀ ਛੱਡ ਕੇ ਆਏ ਤਾਂ ਆਪਣੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਦਾ ਵਸਾਇਆ ਹੋਇਆ ਨਗਰ ਸ੍ਰੀ ਕਰਤਾਰਪੁਰ, ਉੱਥੇ 6ਵੇਂ ਗੁਰਾਂ ਨੇ ਨਿਵਾਸ ਕੀਤਾ। ਫਿਰ ਵੇਖੋ ਕੁਝ ਸਮਾਂ ਹੇ ਪੁੱਤਰ ਜੀ ਤੁਹਾਡੇ ਦਾਦਾ ਜੀ ਕਰਤਾਰਪੁਰ ਸਾਹਿਬ ਰਹੇ, ਫਿਰ ਬਿਆਸ ਦਰਿਆ ਦੇ ਕੰਢੇ ਤੇ ਸੋਹਣੀ ਥਾਂ ਵੇਖ ਕੇ ਸੁੰਦਰ ਨਗਰ ਵਸਾਵਨ ਕਰੇ, ਸੋਹਣਾ ਨਗਰ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਸਾਉਣਾ ਕੀਤਾ ਸ੍ਰੀ ਹਰਗੋਬਿੰਦਪੁਰਾ। ਬਾਡਰਨ ਭਇਓ ਤੁਰਕ ਗਨ ਮਰਿਓ, ਹਾਂ ਉੱਥੇ ਵੀ ਬਹੁਤ ਭਾਰੀ ਜੰਗ ਹੋਇਆ ਜਿਹਦੇ ਵਿੱਚ ਬੜੇ ਤੁਰਕ ਮਾਰੇ ਗਏ। ਤਿੰਨ ਪਾਸੇ ਗਾਦੀ ਪਾਰ ਪੋਤਾ, ਤੇ ਉਹਨਾਂ ਤੋਂ ਪਿੱਛੋਂ ਮਹਾਰਾਜ ਸਾਹਿਬ ਜੀ ਨੂੰ ਮਾਤਾ ਜੀ ਦੱਸਦੇ ਨੇ ਵੀ ਜਦੋਂ ਤੁਹਾਡੇ ਦਾਦਾ ਜੀ ਹੋਏ ਉਹਨਾਂ ਤੋਂ ਪਿੱਛੋਂ ਉਹਨਾਂ ਦੀ ਗੱਦੀ ਤੇ ਉਹਨਾਂ ਦਾ ਪੋਤਰਾ ਬੈਠਾ ਗੁਰੂ ਹਰ ਰਾਏ ਸਾਹਿਬ। ਫਿਰ ਹੋਏ ਸ਼੍ਰੀ ਹਰ ਰਾਏ ਉਦੋਤਾ, ਹਾਂ ਜਿਵੇਂ ਸੂਰਜ ਪ੍ਰਗਟ ਹੁੰਦਾ ਹੈ ਨਾ, ਇਵੇਂ ਗੁਰੂ ਹਰ ਰਾਏ ਸਾਹਿਬ ਜੀ ਤੁਹਾਡੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਥਾਂ ਤੇ 7ਵੇਂ ਗੁਰੂ ਬਣੇ ਸਨ। ਦਾਵੇਂ ਸੁਤ ਤਿੰਨ ਕੇ ਉਪਜਤ ਭਏ, ਫਿਰ ਮਾਤਾ ਇਹ ਵੀ ਦੱਸਦੇ ਨੇ ਵੀ ਗੁਰੂ ਹਰ ਰਾਏ ਸਾਹਿਬ ਜੀ ਦੇ ਵੀ ਘਰ ਵਿੱਚ 2 ਸੁਪੁੱਤਰ ਹੋਏ। ਜਬੋਂ ਕਿਤਕ ਦੀਰਘ ਬੈਠੇ, ਆ ਜਦੋਂ ਉਹਨਾਂ ਦੋਵਾਂ ਦੀ ਉਮਰ ਕੋਈ ਥੋੜੀ ਵੱਡੀ ਹੋਈ, ਸਰੀਰ ਵਿੱਚ ਵਾਧਾ ਹੋਇਆ। ਜੇਸ਼ਟ ਰਾਮ ਰਾਏ ਤਿਸ ਨਾਮ, ਜਿਹੜਾ ਵੱਡਾ ਪੁੱਤਰ ਸੀ ਮਾਤਾ ਜੀ ਕਹਿੰਦੇ ਗੁਰੂ ਹਰ ਰਾਏ ਸਾਹਿਬ ਦਾ, ਉਹਦਾ ਤਾਂ ਰਾਮ ਰਾਏ ਨਾਮ ਸੀ। ਸ੍ਰੀ ਹਰਿਕ੍ਰਿਸ਼ਨ ਲੱਗੂ ਅਬਰਾਮੋ, ਤੇ ਬਹੁਤ ਸੁੰਦਰ ਸਰੂਪ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਉਹ ਛੋਟੇ ਸਨ। ਜੇਠੇ ਕਹੋ ਟਿਗ ਸ਼ਾਹੋ ਹਕਾਰ, ਤੇ ਜਿਹੜਾ ਤੇ ਜੇਠਾ ਵੱਡਾ ਪੁੱਤਰ ਸੀ ਗੁਰੂ ਹਰਿ ਰਾਏ ਸਾਹਿਬ ਜੀ ਦਾ, ਉਹ ਤਾਂ ਔਰੰਗਜ਼ੇਬ ਨੇ ਸੱਦਿਆ ਸੀ ਕੀਰਤਪੁਰੋਂ ਕਿਸੇ ਨੂੰ,
ਤਾਂ ਮਹਾਰਾਜ ਸਾਹਿਬ ਨੇ ਆਪਣੇ ਥਾਂ ਤੇ ਰਾਮ ਰਾਏ ਨੂੰ ਭੇਜ ਦਿੱਤਾ। ਜਦੋਂ ਸ਼ਾਹ ਨੇ ਸੱਦਾ ਭੇਜਿਆ ਸੱਦਣ ਲਈ, ਮਾਤ ਗਨ ਦੀਨ ਉਦਾਰ, ਤੇ ਤੁਰਦੇ ਸਮੇਂ ਮਾਤਾ ਨਾਨਕੀ ਜੀ ਦੱਸਦੇ ਨੇ ਵੀ ਇਹ ਪੁੱਤਰ ਰਾਮ ਰਾਏ ਨੂੰ ਮਹਾਰਾਜ ਨੇ ਬਹੁਤੀਆਂ ਸ਼ਕਤੀਆਂ ਕਰਾਮਾਤਾਂ ਵੀ ਬਖਸ਼ ਦਿੱਤੀਆਂ ਵੀ ਤੇਰੀ ਰਸਨਾ ਤੇ ਅਸੀਂ ਹੀ ਨਿਵਾਸ ਕਰਾਂਗੇ। ਚਾਹਤ ਕਹਿਤ ਦਿਲੇਸ਼ਵਰ ਜੈਸੇ, ਦਿੱਲੀ ਦਾ ਰਾਜਾ ਜਿਹੋ ਜੀ ਚਾਹਨਾ ਕਰਕੇ ਜੋ ਵੀ ਚਾਹੁੰਦਾ ਸੀ ਹਰ ਸਮੇਂ, ਬਿਲਮ ਬਿਹੀਨ ਕਰਤ ਪਾਤ, ਬਿਨਾਂ ਕਿਸੇ ਦੇਰੀ ਤੋਂ ਰਾਮ ਰਾਏ ਉਹ ਕਰਾਮਾਤ ਨਾਲ ਝੱਟ ਹੀ ਉਹੀ ਗੱਲ ਬਣਾ ਕੇ ਵਿਖਾ ਦਿੰਦਾ ਰਿਹਾ। ਸ੍ਰੀ ਹਰਿ ਰਾਏ ਨਾ ਮਾਨੀ ਆਛੀ, ਤੇ ਨਾਲ ਮਾਤਾ ਦੀ ਦੱਸਦੇ ਨੇ ਪੁੱਤਰ ਜੀ ਭਾਵੇਂ ਕਰਾਮਾਤਾਂ ਤਾਂ ਰਾਮ ਰਾਏ ਨੇ ਬੜੀਆਂ ਵਿਖਾਈਆਂ, ਪਰ ਗੁਰੂ ਹਰਿ ਸਾਹਿਬ ਜੀ ਨੂੰ ਇਹ ਗੱਲ ਨੀ ਚੰਗੀ ਲੱਗੀ ਵੀ ਹਰ ਗੱਲੇ ਸ਼ਕਤੀ ਵਿਖਾਈ ਜਾਣੀ। ਲੱਗ ਸੁੱਤ ਗੁਰਤਾ ਦੇ ਔਰ ਬਾਛੀ, ਜਿਸ ਕਰਕੇ ਵੱਡੇ ਨੂੰ ਘਰੋਂ ਕੱਢ ਕੇ ਤਾਂ ਚਾਹਨਾ ਕਰਕੇ ਆਪਣੇ ਛੋਟੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਅੱਠਵੇਂ ਥਾਂ ਤੇ ਗੁਰੂ ਥਾਪ ਦਿੱਤਾ। ਮਾਸ ਦਵੇ ਸੰਮਤ ਥਿਰੇ, 2 ਸਾਲ ਤੇ ਕੁਝ ਕੁ ਮਹੀਨੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਿਆਈ ਤੇ ਬਿਰਾਜਮਾਨ ਰਹੇ। ਵੈਕੁੰਠ ਪਿਆਨੋ ਕਰੇ, ਫਿਰ ਦਿੱਲੀ ਸ਼ਹਿਰ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਵੀ ਸੱਚਖੰਡ ਨੂੰ ਚਾਲਾ ਪਾ ਦਿੱਤਾ। ਤਿੰਨ ਪਾਸੇ ਗੁਰ ਪਿਤਾ ਤੁਹਾਰੇ, ਉਹਨਾਂ ਤੋਂ ਪਿੱਛੋਂ ਸ੍ਰੀ ਮਾਤਾ ਨਾਨਕੀ ਜੀ ਕਹਿੰਦੇ 9ਵੇਂ ਥਾਂ ਤੇ, ਹੇ ਗੁਰੂ ਗੋਬਿੰਦ ਰਾਏ ਜੀ, ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਸਥਾਪਿਤ ਹੋਏ, ਗੁਰੂ ਬਣ ਬੈਠੇ। ਭਾਏ ਪੂਜ ਬਿਦ ਤੇ ਜਗ ਸਾਰੇ, ਬੜੇ ਪੂਜਨੀਕ ਸਾਰੇ ਹੀ ਜਗਤ ਵਿੱਚ ਹੋਏ, ਸਭ ਥਾਵਾਂ ਤੇ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਗਟ ਹੀ ਪ੍ਰਤਾਪ ਫੈਲ ਗਿਆ। ਸ਼ਰੀਕਾ ਕਰ ਕਰ ਵਾਧੈ, ਪਰ ਫੇਰ ਵੀ ਵੇਖੋ ਉਹ ਪੁੱਛਿਆ ਸੀ ਨਾ ਮਾਤਾ ਜੀ ਆਪਾਂ ਇੱਥੇ ਫਿਰ ਕਿਉਂ ਆਏ, ਤਾਂ ਮਾਤਾ ਜੀ ਕਹਿਣ ਲੱਗੇ ਹੇ ਲਾਲ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਣ ਗਏ ਸਨ, ਪਰ ਜਿਹੜੇ ਸੋਢੀ ਸਨ ਨਾ ਉਹ ਸਰੀਕਾ ਕਰ ਕਰਕੇ ਝਗੜਾ ਨਹੀਂ ਸੀ ਕਰਨੋਂ ਹਟਦੇ। ਜਿਵੇਂ ਸੋਢੀਆਂ ਚੋਂ ਧੀਰ ਮੱਲ ਤੋਂ ਲੈ ਕੇ ਹੋਰ ਜਿੰਨੇ ਵੀ ਸੋਢੀ ਉਹ ਤੁਹਾਡੇ ਪਿਤਾ ਜੀ ਨਾਲ ਬੜੀ ਈਰਖਾ ਕਰਦੇ ਰਹੇ। ਬਸੇ ਬਕਾਲੇ ਗ੍ਰਾਮ ਮਝਾਰਾ, ਪਹਿਲਾਂ ਤੁਹਾਡੇ ਪਿਤਾ ਜੀ ਦਾ ਜੋ ਨਾਨਕਾ ਨਗਰ ਹੈ ਨਾ ਬਾਬਾ ਬਕਾਲਾ, ਉਹਦੇ ਵਿੱਚ ਅਸੀਂ ਵੱਸਦੇ ਸਾਂ। ਕਰ ਉਤਰੇ ਨਦੀ ਉਰਾਰਾ, ਉੱਥੋਂ ਈਰਖਾ ਵੇਖ ਕੇ ਲੋਕਾਂ ਦੀ ਤਾਂ ਬਾਬਾ ਬਕਾਲਾ ਛੱਡ ਕੇ ਬਿਆਸ ਤੋਂ ਉਰਲੇ ਪਾਸੇ ਉੱਤਰ ਆਏ। ਕੀਰਤਪੁਰ ਇੱਕ ਨਗਰ ਬਸਾਇਆ, ਇੱਥੇ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਕੀਰਤਨ ਕਰਦੇ ਰਹੇ, ਜਿਸ ਕਰਕੇ ਕੀਰਤਨਪੁਰ ਸਾਹਿਬ ਨਗਰ ਵਸਾਉਣਾ ਕੀਤਾ, ਜਿਹਨੂੰ ਹੁਣ ਕੀਰਤਪੁਰ ਕਹਿੰਦੇ ਹਨ। ਗੁਰ ਦਿੱਤਾ ਸੋ ਤੁਮ ਤਾਇਆ, ਕਹਿੰਦੇ ਵੀ ਤੁਹਾਡੇ ਤਾਇਆ ਜੀ ਸਨ, ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਬਾਬਾ ਸ੍ਰੀ ਗੁਰਦਿੱਤਾ ਜੀ, ਉਹਨਾਂ ਨੇ ਆਪਣੇ ਪਿਤਾ ਗੁਰੂ ਦੇ ਹੁਕਮ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਕੀਰਤਨ ਕਰਨੇ ਕਰਕੇ ਕੀਰਤਨਪੁਰ ਸਾਹਿਬ ਨਗਰ ਸੋਹਣਾ ਵਸਾ ਦਿੱਤਾ। ਹਾਂ ਸਦਨ ਤਿੰਨ ਰਚੇ ਰਹੇ ਹਨ, ਤੇ ਫਿਰ ਉਸ ਕੀਰਤਪੁਰ ਸਾਹਿਬ ਦੇ ਵਿੱਚ ਬੜੇ ਸੋਹਣੇ ਘਰ ਬਣਾ ਕੇ ਉੱਥੇ ਹੀ ਰਹਿਣ ਲੱਗ ਪਏ। ਹੁਣ ਪਰ ਲੋਕ ਭਿਆਨ ਚਾਹੇ ਹਨ, ਅਤੇ ਫਿਰ ਜਦੋਂ ਤੁਹਾਡੇ ਪਿਤਾਮਾ ਜੀ ਉੱਥੇ ਦਾਦਾ ਜੀ ਰਹੇ ਤਾਂ ਸੱਚਖੰਡ ਨੂੰ ਜਾਣ ਦੀ ਉਹਨਾਂ ਨੇ ਤਿਆਰੀ ਕੀਤੀ। ਤਬ ਤੁਮਰੋ ਤਹੇ ਆਏ ਪਿਤਾਮਾ, ਤੁਹਾਡੇ ਪਿਤਾਮਾ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਦੋਂ ਸ੍ਰੀ ਗੁਰਦਿੱਤਾ ਜੀ ਜੋ ਤੁਹਾਡੇ ਮਹਾਰਾਜ ਜੀ ਤਾਇਆ ਜੀ ਲੱਗਦੇ ਹਨ, ਮਾਤਾ ਨਾਨਕੀ ਦੱਸ ਰਹੀ ਹੈ ਸਾਰੀ ਗੱਲ ਵੀ ਤੁਹਾਡੇ ਤਾਇਆ ਜੀ ਨੇ ਬਾਬਾ ਗੁਰਦਿੱਤਾ ਜੀ, ਉਹ ਵੀ ਸੱਚਖੰਡ ਨੂੰ ਜਾਣਾ ਚਾਹੁੰਦੇ ਸਨ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਵੀ ਕੀਰਤਪੁਰ ਸਾਹਿਬ ਆ ਗਏ। ਵਸੇ ਕਿਤਕ ਦਿਨ ਪਿਖ ਅਬਰਾਮਾ, ਸੋਹਣੀ ਰਮਣੀਕ ਥਾਂ ਵੇਖ ਕੇ ਕੁਝ ਸਮਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਉੱਥੇ ਨਿਵਾਸ ਰੱਖਿਆ। ਗਏ ਬੈਕੁੰਠ ਗੁਰੂ ਤਨ ਤਿਆਗ, ਫਿਰ ਤਨ ਤਿਆਗ ਕੇ ਮਹਾਰਾਜ ਛੇਵੇਂ ਸਤਿਗੁਰੂ ਕੀਰਤਪੁਰ ਸਾਹਿਬ ਤੋਂ ਹੀ ਸੱਚਖੰਡ ਚਲੇ ਗਏ। ਦੀਨਥ ਤਿਸ ਜਾਗਾ ਤਬ ਦਾਗਾ, ਉਸੇ ਜਾਗਾ ਜਗ੍ਹਾ ਤੇ ਉਹਨਾਂ ਦੇ ਸਰੀਰ ਦਾ ਦਾਗਾ ਦਾਹ ਸੰਸਕਾਰ ਕਰ ਦਿੱਤਾ। ਹਮ ਸਮੇਤ ਜਬ ਪਿਤਾ ਤੁਮਾਰਾ, ਫਿਰ ਮਾਤਾ ਨਾਨਕੀ ਜੀ ਕਹਿੰਦੇ ਸਾਡੇ ਸਮੇਤ ਹੀ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਕੀਰਤਪੁਰ ਕੋ ਆਏ ਨਿਹਾਰਾ, ਜਦੋਂ ਬਾਬਾ ਬਕਾਲਾ ਸਾਹਿਬ ਛੱਡ ਕੇ ਆਏ ਤਾਂ ਕੀਰਤਪੁਰ ਸਾਹਿਬ ਨਗਰ ਆ ਕੇ ਵੇਖਿਆ, ਇੱਥੇ ਰਹਿਣਾ ਕੀਤਾ। ਸੂਰਜ ਮਲ ਆਦਿਕ ਮਿਲ ਹੇਰਾ, ਇੱਥੇ ਰਹਿਣ ਲੱਗ ਪਏ। ਫਿਰ ਮਾਤਾ ਜੀ ਕਹਿੰਦੇ ਅਸੀਂ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਕੀਰਤਪੁਰ ਨਿਵਾਸ ਕਰ ਲਿਆ। ਬਾਬਾ ਸੂਰਜਮਲ ਜੋ ਉਹ ਵੀ ਤੁਹਾਡੇ ਤਾਇਆ ਜੀ ਲੱਗਦੇ ਆ, ਹੋਰ ਸੋਢੀ ਉਹਨਾਂ ਨੂੰ ਵੇਖਦੇ ਰਹੇ, ਮੇਲ ਗੇਲ ਰੱਖਦੇ ਰਹੇ ਉਹਨਾਂ ਨਾਲ। ਵਾਸੇ ਕਸ਼ਕ ਵਿਚਾਰ ਬਡੇਰੇ, ਆ ਕੁਝ ਕੁ ਸਮਾਂ ਤਾਂ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਲਾਲ ਜੀ ਉੱਥੇ ਹੀ ਵੱਸਦੇ ਰਹੇ, ਪਰ ਦੂਰ ਦ੍ਰਿਸ਼ਟੀ ਨਾਲ ਕੁਝ ਸੋਚ ਵਿਚਾਰ ਕਰਕੇ ਸਭਤੇ ਪ੍ਰਿਥਕ ਬਸਨ ਹੈ ਆਛੇ, ਇਹ ਮਹਾਰਾਜ ਨੇ ਸੋਚਿਆ ਵੀ ਇਹ ਸਰੀਕੇ ਭਾਈਚਾਰੇ 'ਚ ਰਹਿਣ ਨੂੰ ਚੰਗਾ ਸਭ ਤੋਂ ਵੱਖਰੇ ਹੀ ਨਿਵਾਸ ਕਰੀਏ ਜਾ ਕੇ। ਪ੍ਰਾਤ ਸ਼ਕੀ ਭਾ ਰਾਤ ਸ਼ਰੀਕਾ ਬਹੁਰ ਨਾ ਬਾਂਚ, ਹੁਣ ਤਾਂ ਪ੍ਰੇਮ ਪਿਆਰ ਬਣਿਆ ਹੈ, ਕਿਤੇ ਫੇਰ ਇਹ ਸਰੀਕਾ ਹੀ ਨਾ ਕਰਨ ਵੀ ਕਿੱਥੋਂ ਉੱਠ ਕੇ ਆ ਗਏ ਆ 30 ਸਾਲਾਂ ਬਾਅਦ, ਕਿਉਂਕਿ ਬਾਬੇ ਬਕਾਲੇ ਸਾਹਿਬ ਜੀ ਰਹੇ ਸਨ ਵੀ ਹੁਣ 30 ਸਾਲਾਂ ਬਾਅਦ ਫੇਰ ਉੱਠ ਕੇ ਇੱਥੇ ਆ ਗਏ ਨੇ ਮਾਲਣ ਮਾਰਨ। ਕਹਿੰਦੇ ਵੀ ਇਹੋ ਜਿਹੀਆਂ ਗੱਲਾਂ ਸੋਚ ਕੇ ਕਿਤੇ ਭਰਾ ਸਰੀਕਾ ਹੀ ਨਾ ਕਰਨ ਲੱਗ ਪੈਣ, ਨਾਵੇਂ ਪਾਤਸ਼ਾਹ ਨੇ ਐਵੇਂ ਦੂਰ ਦ੍ਰਿਸ਼ਟੀ ਨਾਲ ਸੋਚਿਆ। ਮ੍ਰਿਤ ਸ਼ਾਂਤ ਕੀ ਸੁੱਖ ਕੋ ਪਾਵੈ, ਕਿਉਂਕਿ ਹੇ ਲਾਲ ਗੋਬਿੰਦ ਰਾਏ ਜੀ ਜੋ ਤੁਹਾਡੇ ਪਿਤਾ ਜੀ ਹਨ ਨਾ, ਉਹਨਾਂ ਦਾ ਸ਼ਾਂਤ ਸੁਭਾਅ ਹੈ ਅਤੇ ਸਦਾ ਇਕਾਂਤ ਦਾ ਸੁੱਖ ਮਾਨਣਾ ਚਾਹੁੰਦੇ ਨੇ, ਬਿਰਤੀ ਵਾਹਿਗੁਰੂ ਵਿੱਚ ਲੱਗੀ ਰਹਿੰਦੀ ਹੈ। ਹਮਹੋਂ ਬਾਦ ਕੇ ਸੰਗ ਨਾ ਭਾਵੈ, ਕਿਉਂਕਿ ਉਹ ਕਹਿੰਦੇ ਵੀ ਸਾਨੂੰ ਕਿਸੇ ਨਾਲ ਵੀ ਬਾਤ ਕਰਨਾ, ਝਗੜਾ ਕਰਨਾ, ਜ਼ਬਾਨੀ ਕਲਾਮੀ ਕਰਨਾ, ਹੱਥੋਂ ਹੱਥੀ ਕਰਨਾ ਕੁਝ ਵੀ ਚੰਗਾ ਹੀ ਨਹੀਂ ਲੱਗਦਾ। ਵਿਚਾਰ ਅੱਗੇ ਚੱਲ ਗਏ, ਇਸ ਤਰ੍ਹਾਂ ਵਿਚਾਰ ਕੇ ਕੀਰਤਪੁਰ ਤੋਂ ਅਗਾਹਾਂ ਨੂੰ ਹੋਰ ਪਹਾੜਾਂ ਵੱਲ ਨੂੰ ਚਲੇ ਗਏ ਤੁਹਾਡੇ ਪਿਤਾ ਜੀ। ਪੰਜ ਕੋਸ ਪਹੁੰਚੇ ਥਿਰ ਥੀ, ਕੀਰਤਪੁਰ ਤੋਂ ਪੰਜ ਖੋ ਅੱਗੇ ਜਾ ਕੇ ਆਪਣਾ ਟਿਕਾਣਾ ਕੀਤਾ। ਜ਼ਰ ਖਰੀਦ ਤਹਿਕੀਨ ਸਾਵਨੀ, ਧਰਤੀ ਮੁੱਲ ਖਰੀਦ ਕਰਕੇ ਆਪਣਾ ਹੀ ਕਹਿੰਦੇ ਵੀ ਉੱਥੇ ਨਗਰ ਵਸਾਉਣ ਦੀ ਭਾਵਨਾ ਰੱਖੀ। ਦੋਹੇ ਦਿਸ਼ ਸਲਤਾ ਗਿਰ ਪਿਖ ਰਵਨੀ, ਕਹਿੰਦੇ ਦੋਹਾਂ ਦਿਸ਼ਾਵਾਂ ਚ ਇੱਕ ਪਾਸੇ ਉੱਚੇ ਉੱਚੇ ਸੋਹਣੇ ਪਹਾੜ ਹਰੇ ਭਰੇ ਰੁੱਖ ਉੱਤੇ ਲਹਿਰਾਉਂਦੇ ਨੇ, ਇੱਕ ਪਾਸੇ ਸਤਲੁਜ ਦਰਿਆ ਵਹਿੰਦਾ, ਉਹਦੇ ਵਿਚਕਾਰ ਤੁਹਾਡੇ ਪਿਤਾ ਜੀ ਨੇ ਬੜੀ ਸੋਹਣੀ ਰਮਣੀਕ ਥਾਂ ਖਰੀਦੀ। ਤਾਂ ਆਪ ਨੂੰ ਨਗਰ ਵਸਾਇਓ, ਉਸ ਥਾਂ ਤੇ ਆਪਣਾ ਨਗਰ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਸਾਉਣਾ ਕੀਤਾ। ਕਹੇ ਅਨੰਦਪੁਰ ਨਾਮ ਸੁਣਾ, ਤੇ ਪੁੱਤਰ ਜੀ ਜਦੋਂ ਨਗਰ ਵਸ ਗਿਆ ਤਾਂ ਹੱਸਦਾ ਵਸਦਾ ਨਗਰ ਵੇਖ ਕੇ ਅਨੰਦਪੁਰ ਨਾਮ ਸੁਣਾਇਆ। ਮਹਾਰਾਜ ਨੇ ਕਿਹਾ ਵੀ ਜਿੱਡਾ ਸੋਹਣਾ ਨਗਰ ਹੈ, ਇਹ ਤਾਂ ਆਨੰਦਾਂ ਦੀ ਹੀ ਪੁਰੀ ਹੈ। ਕੇਤਕ ਚਿਰ ਸੁਖ ਸੋਤ ਹੈ ਤੇ ਕੁਝ ਸਮਾਂ ਮਾਤਾ ਨਾਨਕੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਪੋਤਰੇ ਨੂੰ ਵੀ ਲਾਲ ਉਸ ਆਨੰਦਪੁਰ ਵਿੱਚ ਅਸੀਂ ਵੱਸਦੇ ਰਹੇ, ਤੀਰਥ ਕਰਨ ਪੁਨਹਿ ਅਬਲਾਸੇ, ਫਿਰ ਤੁਹਾਡੇ ਪਿਤਾ ਜੀ ਦੀ ਅਭਿਲਾਖਾ ਇੱਛਾ ਸੀ ਵੀ ਤੀਰਥ ਯਾਤਰਾ ਕਰੀਏ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਨੇ ਕੀਤੀ ਆ, ਤੀਰਥਾਂ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੀਏ। ਪ੍ਰਯਾਗ ਕੀ ਨੇ ਇਸ਼ਨਾਨ, ਆਏ ਪ੍ਰਯਾਗ
ਪ੍ਰਯਾਗ ਰਾਜ ਤ੍ਰਿਵੇਣੀ ਹੋਰ ਕਾਂਸ਼ੀ ਅਤੇ ਜਿੰਨੇ ਵੀ ਤੀਰਥ ਹਨ ਇਹਨਾਂ 'ਤੇ ਆ ਕੇ ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕੀਤੇ। ਮਾਸ ਬਾਸੇ ਤਿਸ ਥਾਂ 6 ਮਹੀਨੇ ਪ੍ਰਯਾਗ ਰਾਜ ਦੇ ਵਿੱਚ ਬਤੀਤ ਕੀਤੇ ਤੁਹਾਡੇ ਪਿਤਾ ਜੀ ਨੇ। ਪਟਨੇਪੁਰ ਮਹਿ ਚਲਿਆ ਤੇ ਫਿਰ ਪੁੱਤਰ ਵੇਖੋ ਜਿਸ ਸ਼ਹਿਰ ਵਿੱਚ ਤੁਸੀਂ ਖੇਡਾਂ ਖੇਡਦੇ ਹੋ ਇਸ ਪਟਨੇ ਸ਼ਹਿਰ ਵਿੱਚ ਉਸ ਚੱਲ ਕੇ ਅਸੀਂ ਆ ਗਏ ਪ੍ਰਯਾਗ ਤੋਂ। ਬਸੇ ਕਿਤਕ ਦਿਨ ਜਬ ਇਸ ਥਾਂ ਤੇ ਜਦੋਂ ਕਿੰਨੇ ਕੀ ਦੇਣ ਪਟਨੇ ਦੇ ਵਿੱਚ ਵੀ ਵੱਸਦਿਆਂ ਨੂੰ ਬਤੀਤ ਹੋ ਗਏ। ਪਰ ਦੇਖਣ ਤੋਹੇ ਜਨਮ ਕੀ ਲਾਲ ਜੀ ਤੁਹਾਡਾ ਆਗਮਨ ਹੋਵੇਗਾ ਇਸ ਗੱਲ ਦੀ ਅਸੀਂ ਉਡੀਕ ਕਰ ਰਹੇ ਸਾਂ, ਤੁਹਾਡੇ ਜਨਮ ਦੀਆਂ ਉਡੀਕਾਂ ਸਨ ਸਾਨੂੰ ਰਹਿਣ ਅਬ ਲਾਖਾ ਹਮ ਕੀ ਤੇ ਇਸੇ ਕਰਕੇ ਇਸ ਪਟਨੇ ਸ਼ਹਿਰ ਦੇ ਵਿੱਚ ਰਹਿਣ ਦੀ ਸਾਡੀ ਅਬ ਲਾਖਾ ਇੱਛਾ ਸੀ ਵੀ ਸਾਹਿਬਜ਼ਾਦੇ ਦਾ ਜਨਮ ਹੋਣਾ, ਬਾਕੀ ਸੰਗਤਾਂ ਵੀ ਚਾਹੁੰਦੀਆਂ ਸਨ ਵੀ ਇੱਥੇ ਹੀ ਰਹਿਣਾ ਕਰੋ। ਇੱਕ ਭੂਪਤ ਰਜਪੂਤ ਵਿਸਾਲਾ ਇਸ ਕਰਕੇ ਮਾਤਾ ਨਾਨਕੀ ਜੀ ਕਹਿੰਦੇ ਵੀ ਅਸੀਂ ਤਾਂ ਪੁੱਤਰ ਜੀ ਇੱਥੇ ਹੀ ਰਹਿ ਗਏ ਪਰ ਤੁਹਾਡੇ ਪਿਤਾ ਜੀ ਗਏ ਨੇ ਪੂਰਬ ਵੱਲ ਕਿਉਂਕਿ ਇੱਕ ਰਾਮ ਸਿੰਘ ਨਾਮ ਦਾ ਰਾਜਪੂਤ ਬਹੁਤ ਵੱਡਾ ਰਾਜਾ ਹੈ। ਦੇਸ਼ ਕਾਮਰੂ ਕੋ ਚਲ ਚਲ ਇਧਰ ਅਸਾਮ ਵਾਲੇ ਪਾਸੇ ਨੂੰ ਜਾ ਰਿਹਾ ਸੀ ਜੰਗ ਕਰਨ ਦੇ ਲਈ ਮੰਤਰਨ ਤੇ ਕਰ ਤਰਾਫ ਕਨੇਡਾ ਪਰ ਉੱਥੋਂ ਦੇ ਲੋਕ ਪੁੱਤਰ ਜੀ ਬੜੇ ਮੰਤਰ ਜਾਣਦੇ ਹੈ, ਉਹ ਮੰਤਰ ਮਾਰ ਕੇ ਹੀ ਬੰਦਾ ਮਾਰ ਦਿੰਦੇ ਜਿਸ ਕਰਕੇ ਉਹ ਰਾਜਾ ਡਰਦਾ ਹੋਇਆ ਪਰਿਓ ਸ਼ਰਨੀ ਤੇ ਸਵੇਰ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਪੈ ਗਿਆ ਵੀ ਮਤਾ ਕਦੇ ਮੈਨੂੰ ਕੋਈ ਫੇਰ ਜੰਤਰ ਮੰਤਰ ਕਰਕੇ ਖਤਮ ਕਰ ਦੇਵੇ। ਪੂਰਬ ਦੇਸ਼ ਕੋ ਪਿਤਾ ਤੁਮਾਰੇ ਇਸ ਕਰਕੇ ਹੇ ਲਾਲ ਗੋਬਿੰਦ ਰਾਏ ਜੀ ਉਸ ਰਾਜੇ ਦੀ ਬੇਨਤੀ ਮੰਨ ਕੇ ਤੇ ਹੋਰ ਸੰਗਤਾਂ ਦਾ ਉਧਾਰ ਕਰਨ ਲਈ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਪੂਰਬ ਵੱਲ ਨੂੰ ਅਮੋ ਤਿਆਗ ਕਰ ਤਬਹਿ ਪਧਾਰੇ ਸਾਡਾ ਸਾਨੂੰ ਇੱਥੇ ਛੱਡ ਕੇ ਜਦੋਂ ਤੁਹਾਡਾ ਹਾਲੇ ਜਨਮ ਨਹੀਂ ਸੀ ਹੋਇਆ ਉਦੋਂ ਹੀ ਉਹ ਚਲੇ ਗਏ ਅਸਾਮ ਵੱਲ। ਆਵਤ ਹੈ ਖਬਰ ਪਠਾਈ ਮਾਤਾ ਨਾਨਕੀ ਜੀ ਕਹਿੰਦੇ ਖੁਸ਼ੀ ਦੀ ਗੱਲ ਇਹ ਹੈ ਵੀ ਉਹ ਤੁਹਾਡੇ ਪਿਤਾ ਜੀ ਨੇ ਖਬਰ ਭੇਜੀ ਆ ਵੀ ਅਸੀਂ ਹੁਣ ਪਟਨੇ ਸ਼ਹਿਰ ਨੂੰ ਆ ਰਹੇ ਹਾਂ। ਮਿਲੇ ਕਾਲ ਚਿਰ ਮਹਿ ਹਰ ਖਾਈ ਕੁਝ ਸਮੇਂ ਦੇ ਵਿੱਚ ਆ ਕਰਕੇ ਸਾਨੂੰ ਮਿਲਣਗੇ, ਆਪਾਂ ਨੂੰ ਬਹੁਤ ਖੁਸ਼ੀਆਂ ਹੋਣਗੀਆਂ, ਬੜਿਆਂ ਚਿਰਾਂ ਪਿੱਛੋਂ ਹੁਣ ਆਨੰਦਿਤ ਹੋ ਕੇ ਮਿਲਾਂਗੇ। ਤੁਸੀਂ ਆਪਣੇ ਪਿਤਾ ਜੀ ਨੂੰ ਮਿਲੇ ਹੋ, ਅਸੀਂ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨਾਲ ਆਨੰਦ ਹੋ ਕੇ ਮਿਲਾਪ ਕਰਾਂਗੇ। ਇਤਿਹਾਦਕ ਪੋਤਰ ਸੰਗ ਬਾਤੀ ਇਤਿਹਾਦਕ ਸਾਧ ਸੰਗਤ ਮਾਤਾ ਨਾਨਕੀ ਜੀ ਆਪਣੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸਾਖੀਆਂ ਸਾਂਝੀਆਂ ਕਰਦੀ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ। ਕਵੀ ਜੀ ਨੇ ਤਾਂ ਸੰਖੇਪ ਵਿੱਚ ਸਾਰੀ ਗੱਲ ਕਹਿਤੀ, ਮਾਤਾ ਜੀ ਰੋਜ਼ ਹੀ ਗੁਰੂ ਨਾਨਕ ਸਾਹਿਬ ਦੀ ਕਦੀ ਗੁਰੂ ਅੰਗਦ ਸਾਹਿਬ ਦੀ ਵੱਡੇ ਗੁਰਾਂ ਦੀਆਂ ਸਾਖੀਆਂ ਸੁਣਾਉਂਦੇ ਹਨ। ਕਰਤ ਰਹਿਤ ਸੁਪਤ ਹੈ ਜਬ ਰਾਤੀ ਆ ਜਦੋਂ ਰਾਤ ਨੂੰ ਸੌਣ ਦਾ ਸਮਾਂ ਹੁੰਦਾ ਹੈ ਨਾ ਉਦੋਂ ਮੰਜੇ ਦੇ ਪਿਆਂ ਇੱਕ ਪਾਸੇ ਮਹਾਰਾਜ ਬਰਾਜ ਦੇ ਇੱਕ ਪਾਸੇ ਦਾਦੀ ਮਾਂ ਅਤੇ ਫਿਰ ਇਹ ਬਾਤਾਂ ਸੁਣਾਉਂਦੀ ਹੈ ਅਤੇ ਗੱਲਾਂ ਕਰਦਿਆਂ ਕਰਦਿਆਂ ਹੀ ਰਾਤ ਦੇ ਸਮੇਂ ਸੌਂ ਜਾਂਦੇ ਹਨ। ਸੁਣ ਸੁਣ ਪਿਤਾ ਪਿਤਾਮੇ ਕਥਾ ਅਤੇ ਜਦੋਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਕਥਾ ਸੁਣਦੇ ਨੇ, ਆਪਣੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜੰਗ ਜੋਧੀਆਂ ਸਾਖੀਆਂ ਸੁਣਦੇ ਹਨ। ਨਿਤ ਆਨੰਦਤਾ ਉਦਤ ਹੈ ਤਥਾ ਜਿਉਂ ਜਿਉਂ ਕਹਿੰਦੇ ਵੀ ਉਹ ਸਾਖੀਆਂ ਸੁਣਦੇ ਆ ਨੇਤੀ ਮਹਾਰਾਜ ਬਹੁਤ ਹੀ ਖੁਸ਼ ਹੁੰਦੇ ਹਨ। ਚੰਚਲ ਹੋਏ ਹੋਏ ਤਿਸ ਬਾਰੀ ਅਤੇ ਫਿਰ ਕਈ
ਕਈ ਵਾਰਾਂ ਤਾਂ ਮਹਾਰਾਜ ਚੰਚਲ ਹੋ ਜਾਂਦੇ, ਚੰਚਲ ਹੋ ਜਾਂਦੇ ਭਾਵ ਕੇ ਖਹਿੜੇ ਪੈ ਜਾਂਦੇ ਕਈ ਵਾਰ। ਦੋਹੇ ਮਾਤਾਂ ਨੂੰ ਸੋ ਕਰਹੇ ਉਚਾਰ, ਦੋਵਾਂ ਮਾਤਾਵਾਂ ਨੂੰ, ਕਦੀ ਦਾਦੀ ਮਾਂ ਨੂੰ, ਕਦੀ ਮਾਤਾ ਗੁਜਰੀ ਜੀ ਨੂੰ, ਇਸ ਤਰ੍ਹਾਂ ਜਿੱਦ ਕਰਕੇ ਕਹਿੰਦੇ ਹਨ ਸਤਿਗੁਰੂ ਜੀ ਆਪਣੋ ਦੇਸ਼ ਪੰਜਾਬ ਮਹਾਨਾ। ਕਿਹੇ ਮਾਤਾ ਜੀ, ਜੋ ਆਪਣਾ ਪੰਜਾਬ ਦੇਸ਼ ਤੁਸੀਂ ਦੱਸਦੇ ਹੋ ਵੀ ਬੜਾ ਹੀ ਮਹਾਨ ਵੱਡਾ ਤੇ ਸੋਹਣਾ ਦੇਸ਼ ਹੈ, ਦੱਸੋ ਖਾਂ ਉੱਥੋਂ ਦੀਆਂ ਜਿਵੇਂ ਤੁਸੀਂ ਗੱਲਾਂ ਸੁਣਾਉਂਦੇ ਰਹਿੰਦੇ ਹੋ, ਆਪਾਂ ਕਦੋਂ ਉੱਥੇ ਜਾ ਕੇ ਆਨੰਦਪੁਰ ਵੇਖਾਂਗੇ, ਕਦੋਂ ਪੰਜਾਬ ਦੇਖ ਆਪਣਾ ਵੇਖਾਂਗੇ। ਉਥੇ ਬਸੇ ਅਨੰਦਤ ਸਦਾ, ਐਵੇਂ ਮਹਾਰਾਜ ਸਾਹਿਬ ਸਾਖੀਆਂ ਸੁਣ ਸੁਣ ਕੇ ਨਾ ਆਪਣੀ ਦਾਦੀ ਮਾਤਾ ਕੋ, ਤਾਂ ਫਿਰ ਕਈ ਵਾਰਾਂ ਚੰਚਲ ਹੁੰਦੇ ਨੇ ਵੀ ਦੱਸੋ ਮਾਤਾ ਜੀ ਕਦੋਂ ਆਪਾਂ ਜਾਵਾਂਗੇ ਆਪਣੇ ਦੇਸ਼, ਜਿੱਥੇ ਤੁਸੀਂ ਕਹਿੰਦੇ ਹੋ ਆਨੰਦਪੁਰ ਸਾਹਿਬ ਨਗਰ ਵਸਾਇਆ ਪਿਤਾ ਜੀ ਨੇ, ਉਹ ਆਨੰਦਪੁਰ ਕਦੋਂ ਵੇਖਾਂਗੇ। ਨਾਲੇ ਫਿਰ ਉੱਥੇ ਹੀ ਵਸੈ ਆਨੰਦਤ ਸਦਾ, ਫੇਰ ਨਹੀਂ ਆਪਾਂ ਇੱਥੇ ਆਉਣਾ, ਉੱਥੇ ਹੀ ਆਨੰਦ ਨਾਲ ਸਦਾ ਕਹਿੰਦੇ ਵਸਾਂਗੇ। ਵੱਡੇ ਵਸੇ ਜਿਸ ਦਿਸ਼ ਜਤ ਕਦਾ, ਕਹਿੰਦੇ ਜਦੋਂ ਕਦੋਂ ਵੀ ਸਾਡੇ ਵੱਡੇ ਸਤਿਗੁਰੂ ਜਿਸ ਦੇਸ਼ ਦੇ ਵਿੱਚ ਵੱਸਦੇ ਰਹੇ, ਆਪਾਂ ਵੀ ਉੱਥੇ ਹੀ ਰਹਾਂਗੇ ਪੰਜਾਬ ਅੰਦਰ। ਇਸ ਵਿੱਚ ਕਹਿ ਕਹਿ ਨਿਤ ਉਮਗਾਵੇ, ਇਸ ਤਰ੍ਹਾਂ ਕਹਿ ਕਹਿ ਕੇ ਮਹਾਰਾਜ ਬਹੁਤ ਹੀ ਉਮਗਾਵੇ, ਖੁਸ਼ੀ ਵਿੱਚ ਆ ਜਾਂਦੇ ਨੇ, ਕਈ ਵਾਰਾਂ ਖੁਸ਼ ਹੋ ਜਾਂਦੇ ਨੇ ਵੀ ਅਸੀਂ ਪੰਜਾਬ ਜਾਵਾਂਗੇ। ਮਿਲਹੇ ਪਿਤਾ ਤਬ ਤੇ ਤਹੇ ਸਿਧਾਵੇ, ਜਦੋਂ ਕਹਿੰਦੇ ਮਾਤਾ ਜੀ ਪਿਤਾ ਜੀ ਆ ਗਏ ਨਾ ਸਾਡੇ ਕੋਲ, ਤਾਂ ਉਹਨਾਂ ਨੂੰ ਨਾਲ ਲੈ ਕੇ ਉਦੋਂ ਹੀ ਅਸੀਂ ਪੰਜਾਬ ਨੂੰ ਚਲੇ ਜਾਵਾਂਗੇ। ਕਈ ਵਾਰ ਪਰ ਚਾਮਨ ਹੇਤ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਚੰਚਲ ਹੋ ਕੇ ਤੇ ਇਸ ਤਰ੍ਹਾਂ ਦੇ ਬਚਨ ਕਰਦੇ ਆ, ਤੇ ਕਈ ਵਾਰਾਂ ਮਾਤਾਵਾਂ ਵੀ ਪਰਚਾਉਣ ਵਾਸਤੇ ਵੀ ਸਾਡੇ ਕੋਲ ਹੀ ਪਰਚੇ ਰਹਿਣ, ਵੀ ਬਾਹਰ ਗਲੀਆਂ ਬਾਜ਼ਾਰਾਂ 'ਚ ਖੇਡਣ ਜਾਂਦੇ ਆ, ਗੰਗਾ ਵੱਲ ਜਾਂਦੇ ਉੱਧਰ ਨਾ ਜਾਣ, ਤੇ ਸਾਡੇ ਨੇੜੇ ਹੀ ਖੇਡਦੇ ਰਹਿਣ ਘਰ ਵਿੱਚ। ਤਾਂ ਮਨ ਨਿਜ ਨਿਕਟ ਨਿਕੇਤ, ਘਰ ਦੇ ਵਿੱਚ ਮਹਾਰਾਜ ਸਾਹਿਬ ਨੂੰ ਰੱਖਣ ਦੇ ਲਈ। ਦੇਸ਼ ਪੰਜਾਬ ਕਥਾ ਕੋ ਕਹੈ, ਤੇ ਜਦੋਂ ਮਾਤਾ ਜੀ ਵੇਖਦੇ ਆ ਨਾ ਵੀ ਇਹ ਪੰਜਾਬ ਦੇਸ਼ ਦੀਆਂ ਸਾਖੀਆਂ ਸੁਣ ਸੁਣ ਕੇ ਤੇ ਸਾਡੇ ਲਾਗੇ ਬੈਠੇ ਰਹਿੰਦੇ ਆ, ਤੇ ਉੱਦਾਂ ਜੋ ਮਰਜ਼ੀ ਕਹਿ ਲਓ ਫਿਰ ਕਾਬੂ ਨਹੀਂ ਆਉਂਦੇ, ਤੇ ਜਦੋਂ ਤਾਂ ਕੋਈ ਪੰਜਾਬ ਦੀ ਗੱਲ ਦੱਸੀ ਦੀ ਹੈ, ਜਦੋਂ ਸਤਿਗੁਰਾਂ ਦੀ ਕੋਈ ਸਾਖੀ ਸੁਣਾਈ ਦੀ ਹੈ ਤਾਂ ਫਿਰ ਮਸਤ ਹੋ ਕੇ ਬੈਠੇ ਰਹਿੰਦੇ, ਫਿਰ ਖੇਡਾਂ ਵੀ ਭੁੱਲ ਜਾਂਦੀਆਂ। ਇਹ ਚੀਜ਼ ਵੇਖ ਕੇ ਮਾਤਾ ਜੀ ਆਪਣੇ ਕੋਲ ਰੱਖਣ ਦੇ ਲਈ ਕਹਿੰਦੇ ਵੀ ਬਹੁਤੀਆਂ ਜਾਣ ਜਾਣ ਕੇ ਪੰਜਾਬ ਦੀਆਂ ਕਹਾਣੀਆਂ ਸਾਖੀਆਂ ਕਹਿੰਦੇ ਹਨ। ਮਾਤ ਸੋ ਦਾਦੀ ਦੇਖਤ ਰਹੇ, ਕਿਉਂਕਿ ਪਤਾ ਹੈ ਮਾਤਾ ਗੁਜਰੀ ਤੇ ਸ਼੍ਰੀ ਨਾਨਕੀ ਜੀ ਨੂੰ, ਮਾਤਾ ਵੀ ਤੇ ਦਾਦੀ ਵੀ ਦੇਖਦੇ ਰਹਿੰਦੇ ਨੇ ਵੀ ਲਾਲ ਸਾਡੇ ਕੋਲ ਬੈਠਾ ਰਹਿੰਦਾ ਜਦੋਂ ਅਸੀਂ ਇਹਨੂੰ ਕੋਈ ਸਾਖੀ ਪੰਜਾਬ ਦੀ ਸੁਣਾਉਂਦੇ ਹਾਂ। ਦੁਲਾਰਨ ਘਨੋ, ਇਸ ਤਰ੍ਹਾਂ ਬਹੁਤਾ ਸਨੇਹ ਕਰਦੀਆਂ ਦੋਵੇਂ ਮਾਤਾਵਾਂ, ਬਹੁਤ ਲਾੜ ਲੜਾਉਂਦੀਆਂ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ। ਪੁੱਤਰ ਕੋ ਜਸਦਾ ਮਨੋ, ਜਿਵੇਂ ਮਾਨੋ ਵੀ ਸਾਖੀਆਂ ਬੜੀਆਂ ਪ੍ਰਸਿੱਧ ਨੇ ਵੀ ਮਾਤਾ ਜਸੋਦਾ ਕ੍ਰਿਸ਼ਨ ਦੇ ਨਾਲ ਜਿਵੇਂ ਖੇਡਾਂ ਕਰਦੀ ਸੀ ਓਦਾਂ ਹੀ ਖਿਲਾੜ ਲੜਾਉਂਦੇ ਨੇ। ਜਥਾ ਜੰਗ ਮਹਿ ਤਰਾਸ ਕਨੇਰੇ, ਅਤੇ ਫੇਰ ਜਦੋਂ ਵਾਰ ਵਾਰ ਖਿੱਚਦੇ ਜਿੱਦ ਕਰਦੇ ਵੀ ਪੰਜਾਬ ਜਾਣਾ, ਤਾਂ ਮਾਤਾ ਜੀ ਜਿਹੜੇ ਜੰਗ ਦੇ ਵਿਚਲੇ ਡਰ ਸਨ ਨਾ, ਜਿਵੇਂ ਜੰਗ ਹੁੰਦੇ ਰਹੇ, ਜਥਾ ਜੰਗ ਮਹਿ ਤਰਾਸ ਕਨੇਰੇ, ਜੰਗਾਂ ਦੇ ਵਿੱਚ ਜਿਹੋ ਜਿਹੇ ਡਰ ਡੁੱਕਰ ਮਾਤਾ ਨਾਨਕੀ ਜੀ ਨੇ ਵੇਖੇ ਸਨ। ਸੁਣਾਵਤ ਹੈ ਬਹੁ ਵੇਰ, ਉਹ ਡਰਦੀਆਂ ਗੱਲਾਂ ਵੀ ਕਈ ਵਾਰ ਉਚਾਰ ਉਚਾਰ ਕੇ ਦੱਸਦੇ ਨੇ, ਪੁੱਤਰ ਪੰਜਾਬ ਦੇਸ਼ ਦੇ ਵਿੱਚ ਬੜੀਆਂ ਜੰਗਾਂ ਹੋਈਆਂ, ਬਹੁਤ ਹੀ ਕਹਿੰਦੇ ਘਾਣ ਹੋਇਆ। ਕਰਹੇ ਬਾਦ ਤਿਸ ਦੇਸ਼ ਵਿਸਾਲਾ, ਜਦੋਂ ਅਸੀਂ ਪੰਜਾਬ ਦੇਸ਼ ਵਿੱਚ ਜਾਵਾਂਗੇ ਜਾਂ ਜਾਂਦੇ ਰਹਿੰਦੇ ਸਾਂ, ਤਾਂ ਤੁਰਕ ਬੜਾ ਹੀ ਸਾਡੇ ਨਾਲ ਝਗੜਾ ਕਰਦੇ, ਬਿਖਾਦ ਤਹਾਂ ਬਹੁ ਕਾਲਾ, ਬੜਾ ਲੰਮਾ ਸਮਾਂ ਤੁਹਾਡੇ
ਪਿਤਾਮਾ ਜੀ ਤੁਹਾਡੇ ਦਾਦੇ ਜੀ ਦੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਬਖਾਦ ਕਰਦੇ ਰਹੇ। ਆਏ ਦੇਸ਼ ਇਸ ਮਹਿ ਸੁਖ ਪਾਏ। ਪੁੱਤਰ ਵੇਖੋ ਆਪਾਂ ਹੁਣ ਇਸ ਪਟਨੇ ਦੇਸ਼ ਵਿੱਚ ਆਏ ਹਾਂ ਤਾਂ ਬੜੇ ਹੀ ਸੁਖ ਪ੍ਰਾਪਤ ਹੋਏ, ਕੋਈ ਲੜਾਈ ਕੋਈ ਝਗੜਾ ਨਹੀਂ ਇੱਥੇ। ਸਿੱਖ ਸੇਵਕ ਸਭ ਥਲ ਸਮੁਦਾਇ। ਵੇਖੋ ਸਭ ਥਾਵਾਂ ਤੇ ਆਪਣੇ ਸਿੱਖ ਸੇਵਕ ਹੀ ਨਿਵਾਸ ਕਰਦੇ ਹਨ। ਅਨਕ ਅਕੋਰਨ ਕੋ ਅਰਪਨ। ਵੇਖੋ ਕਈ ਤਰ੍ਹਾਂ ਦੀਆਂ ਭੇਟਾਵਾਂ ਲਿਆ ਲਿਆ ਕੇ ਅਰਪਣ ਕਰਦੇ ਨੇ। ਆਏ ਸਮਾਨੇ ਜਥਾ ਕਹਨ। ਜਿਵੇਂ ਵੀ ਹੁਕਮ ਕਹਿੰਦੇ ਹਾਂ ਅਸੀਂ, ਸਾਡੀ ਆਗਿਆ ਮੰਨਦੇ ਨੇ ਸਾਰੇ ਸਿੱਖ। ਲੈ ਬੋ ਕਹਾਂ ਪੰਜਾਬ ਮਝਾਰੇ। ਪੁੱਤਰ ਤੁਸੀਂ ਪੰਜਾਬ ਵਿੱਚ ਜਾ ਕੇ ਕੀ ਲੈਣਾ ਹੈ ਵੀ ਜਿੱਦ ਕਰਦੇ ਹੋ ਵੀ ਪੰਜਾਬ ਜਾਣਾ? ਕਈ ਵਾਰ ਮਾਤਾ ਜੀ ਇਸ ਤਰ੍ਹਾਂ ਕਹਿੰਦੇ ਨੇ ਵੀ ਪੰਜਾਬ ਵਿੱਚ ਕੀ ਲੈਣਾ, ਉੱਥੇ ਤਾਂ ਬੜਾ ਝਗੜਾ ਹੁੰਦਾ ਏ। ਸੋਤਾ ਇਤ ਦੇਸ਼ ਬਸੇ ਸੁਖਾਰੇ। ਹੇ ਪੁੱਤਰ, ਹੇ ਮੇਰੇ ਲਾਲ, ਇਸ ਪਟਨੇ ਵਿੱਚ ਬੜੇ ਸੁਖਾਂ ਨਾਲ ਵਸ ਰਹੇ ਹਾਂ। ਸਮਝਾਏ ਵਰਜਨਾ ਕਰ। ਇਵੇਂ ਸਮਝਾ ਸਮਝਾ ਕੇ ਮਾਤਾ ਡਰਾਉਣ ਦੇ ਲਈ ਕਈ ਵਾਰਾਂ ਵਰਜਦੇ ਨੇ, ਕਿਉਂਕਿ ਖਹਿੜੇ ਪੈ ਜਾਂਦੇ ਨਾ ਵੀ ਪੰਜਾਬ ਲੈ ਕੇ ਚੱਲੋ, ਅਤੇ ਮਾਤਾ ਜੀ ਵਰਜ ਦਿੰਦੇ ਆ ਵੀ ਇਹ ਹੁਣ ਖਹਿੜੇ ਪੈ ਗਿਆ, ਪੰਜਾਬ ਕਿੱਥੋਂ ਲੈ ਜਾਂਗੇ। ਇਸ ਕਰਕੇ ਡਰਾਉਂਦੇ ਨੇ ਵੀ ਉੱਥੇ ਬਹੁਤ ਜੰਗ ਹੁੰਦੇ, ਬਹੁਤ ਲੜਾਈਆਂ, ਪੁੱਤ ਆਪਾਂ ਕੀ ਉੱਥੇ ਜਾ ਕੇ ਕਰਨਾ ਹੈ। ਆਪ ਬਹੁ ਵਾਰ ਉੱਚਰ। ਪਰ ਫਿਰ ਵੀ ਉਹ ਡਰਨ ਥੋੜ੍ਹਾ ਆਏ ਸੀ ਕਿਸੇ ਕੋ ਮਹਾਰਾਜ, ਫਿਰ ਵੀ ਵਾਰ ਵਾਰ ਮਾਤਾ ਨੂੰ ਇਸੇ ਤਰ੍ਹਾਂ ਹੀ ਕਹਿੰਦੇ ਹਨ। ਚਲਨ ਚਿਤ ਚਾਹਤ ਹਮਾਰ। ਮਾਤਾ ਜੀ, ਦਾਦੀ ਅੰਮਾ, ਤੁਸੀਂ ਜੋ ਮਰਜ਼ੀ ਕਹੋ, ਸਾਡਾ ਤਾਂ ਚਿੱਤ ਪੰਜਾਬ ਜਾਣ ਨੂੰ ਹੀ ਕਰਦਾ ਹਰ ਵੇਲੇ। ਜਹਾਂ ਬੰਸ ਸੋਢੇ ਉਜਿਆ। ਜਿਸ ਪੰਜਾਬ ਦੇ ਵਿੱਚ ਸਾਡੇ ਸਤਿਗੁਰੂ ਵੱਸਦੇ ਰਹੇ, ਜਿੱਥੇ ਸੋਢੀਆਂ ਦੀ ਬੰਸ਼ ਉਜਿਆਰੋ ਪ੍ਰਗਟੀ ਪ੍ਰਕਾਸ਼ ਰਹੀ ਹੈ। ਇਸ ਪ੍ਰਕਾਰ ਬਹੁ ਵਾਰ ਪ੍ਰਸੰਗ। ਇਸ ਤਰ੍ਹਾਂ ਕਹਿੰਦੇ ਬਹੁਤ ਵਾਰ ਸਾਖੀਆਂ ਵੱਡੇ ਗੁਰਾਂ ਦੀਆਂ ਮਾਤਾ ਜੀ ਕਹਿੰਦੇ ਹਨ। ਬਹੁਤ ਭਇਓ ਗੁਰ ਜਨਨੀ ਸੰਗ। ਤੇ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਜੋ ਜਨਨੀ ਹੈ ਭਾਵ ਸ੍ਰੀ ਮਾਤਾ ਨਾਨਕੀ ਜੀ, ਹੋਤ ਭਇਓ ਗੁਰ ਜਨਨੀ ਸੰਗ। ਇਸ ਤਰ੍ਹਾਂ ਦੀ ਵਾਰਤਾ ਹੁੰਦੀ ਹੈ ਦਾਦੀ ਪੋਤੇ ਦੀ ਰੋਜ਼। ਦਿਨ ਪ੍ਰਤ ਵਧੇ ਸਰੀਰ ਵਿਸਾਲ। ਜਿਉਂ ਜਿਉਂ ਦਿਨ ਅੱਗੇ ਪੈਂਦੇ ਹਨ ਮਹਾਰਾਜ ਦਾ ਸਰੀਰ ਵੱਧ ਰਿਹਾ ਹੈ, ਕਦ ਕਾਠ ਵੱਧ ਰਿਹਾ ਹੈ। ਖੇਲਤ ਵਿਚਰਤ ਬਾਲਕ ਜਾਲਾ। ਤੇ ਮਹਾਰਾਜ ਸਾਹਿਬ ਬਹੁਤੇ ਬਾਲਕਿਆਂ ਨਾਲ ਮਿਲ ਮਿਲ ਕੇ ਕਈ ਤਰ੍ਹਾਂ ਦੀਆਂ ਖੇਡਾਂ ਕਰਦੇ ਨੇ। ਅਸਲ 'ਚ ਸਤਿਗੁਰੂ ਦੀਆਂ ਖੇਡਾਂ ਵੀ ਜਿਹੜੀਆਂ ਲੋਕਾਂ ਦੇ ਭਲੇ ਵਾਲੀਆਂ ਹੀ ਹੁੰਦੀਆਂ ਸਨ। ਦੋਹਰਾ ਕਰਤ ਕੋਚ ਦਿਨ ਪ੍ਰਥਮ ਜਿਲ। ਉਧਰ ਤਾਂ ਪਟਨੇ ਜਿੱਦਾਂ ਸਾਖੀਆਂ ਹੋ ਰਹੀਆਂ ਨੇ, ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨੇ ਵੱਲ ਨੂੰ ਨੇਤੀ ਮੰਜ਼ਿਲਾਂ ਤੈਅ ਕਰਦੇ ਹੋਏ ਕੂਚ ਕਰਕੇ ਆ ਰਹੇ ਹਨ। ਗੁਰੂ ਸਮੇਤ ਨਰੇਸ਼। ਗੁਰੂ ਤੇਗ ਬਹਾਦਰ ਸਾਹਿਬ ਜੀ, ਰਾਜੇ ਰਾਮ ਸਿੰਘ ਦੇ ਨਾਲ ਰਾਜਾ ਵੀ ਸਤਿਗੁਰਾਂ ਦੀ ਸ਼ਰਨ ਪਿਆ ਹੈ। ਪਹੁੰਚੇ ਪਟਨੇ ਆਣ ਕਰ। ਤੇ ਕਹਿੰਦੇ ਮੰਜ਼ਿਲਾਂ ਨੂੰ ਤੈਅ ਕਰਦਿਆਂ ਹੋਇਆਂ 5 ਵਰ੍ਹਿਆਂ ਪਿੱਛੋਂ ਫਿਰ ਪਟਨੇ ਸ਼ਹਿਰ ਵਿੱਚ ਸਤਿਗੁਰੂ ਜੀ ਆਣ ਪਹੁੰਚੇ। ਆਨੰਦ ਵਿਸ਼ੇਸ਼। ਬਹੁਤ ਹੀ ਕਹਿੰਦੇ ਆਨੰਦ ਹੋਇਆ, ਬਹੁਤ ਖੁਸ਼ੀ ਮਨਾਈ ਸਤਿਗੁਰਾਂ ਨੇ ਵੀ, ਬਾਕੀ ਰਾਜੇ ਨੇ ਤੇ ਹੋਰ ਫੌਜਾਂ ਨੇ ਵੀ, ਵੀ ਹੁਣ ਸ਼ਹਿਰ 'ਚ ਵਾਪਸ ਆ ਗਏ ਹਾਂ। ਚੌਪਾਈ ਲਸ਼ਕਰ ਕੇ ਡੇਰੇ ਸਮੁਦਾਇ। ਜਿੰਨੀਆਂ ਵੀ ਰਾਜੇ ਦੀਆਂ ਫੌਜਾਂ ਸਨ ਸਾਰਿਆਂ ਨੇ ਡੇਰਾ ਲਾ ਲਿਆ। ਉਤਰੇ ਪੁਰ ਤੇ ਬਾਹਰ ਆਏ। ਆ ਨਗਰ ਤੋਂ ਬਾਹਰ ਵਾਰ ਜਿਹੀ ਆ ਕਰਕੇ ਉਤਾਰਾ ਕੀਤਾ ਹੈ। ਰਾਮ ਸਿੰਘ ਨ੍ਰਿਪ ਉਤਰਨ ਕਰੇ। ਰਾਜੇ ਰਾਮ ਸਿੰਘ ਨੇ ਵੀ ਗੁਰਾਂ ਦੀ ਆਗਿਆ ਨਾਲ ਬਾਰ ਬਾਰ ਆਪਣਾ ਡੇਰਾ ਕਰ ਲਿਆ। ਸਤਿਗੁਰ ਨਿਕਟ ਹੋਤ ਭਾ ਖਰਿਓ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆ ਕੇ ਰਾਮ ਸਿੰਘ ਰਾਜਾ ਖਲੋ ਗਿਆ, ਦੋਵੇਂ ਹੱਥ ਜੋੜ ਕੇ ਕਹਿਣ ਲੱਗਾ,
ਸਾਹਿਬ ਜ਼ਾਦੇ ਕੋ ਮੈਂ ਦਰਸ਼ਨ। ਹੇ ਮਹਾਰਾਜ ਚਲੋ ਛੇਤੀ ਕਰੀਏ, ਮੈਂ ਸਾਹਿਬਜ਼ਾਦੇ ਦੇ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਕਰਿਓ ਚਹਿਤ ਹਾਂ ਚਰਨ ਸਪਰਸ਼ਨ। ਮਹਾਰਾਜ ਮੈਂ ਆਪ ਜੀ ਦੇ ਸਪੁੱਤਰ ਦੇ ਚਰਨ ਸਪਰਸ਼ ਕਰਨਾ ਚਾਹੁੰਦਾ, ਜਿਨ੍ਹਾਂ ਦੀਆਂ ਸਾਖੀਆਂ ਚਿੱਠੀ ਵਿੱਚ ਆਉਂਦੀਆਂ, ਪੜ੍ਹਦੇ ਸੁਣਦੇ ਰਹੇ, ਉਹਨਾਂ ਦੀਆਂ ਖੇਡਾਂ, ਉਹਨਾਂ ਦੇ ਕੌਤਕ, ਉਹ ਮਹਾਰਾਜ ਮੈਂ ਹੁਣ ਅੱਖੀ ਵੇਖ ਕੇ ਦਰਸ਼ਨ ਕਰਕੇ ਤੇ ਉਹਨਾਂ ਦੇ ਚਰਨਾਂ ਨੂੰ ਹੱਥ ਲਾਉਣਾ ਹੈ। ਕਿਉਂਕਿ ਜਦੋਂ ਕੋਈ ਮਹਾਰਾਜ ਸਾਹਿਬ ਖੇਡ ਕਰਦੇ ਤਾਂ ਉਹ ਮਾਤਾ ਚਿੱਠੀ 'ਚ ਲਿਖ ਲਿਖ ਕੇ ਨਾਵੇਂ ਪਾਤਸ਼ਾਹ ਨੂੰ ਭੇਜਦੀ ਹੁੰਦੀ ਸੀ, ਅਤੇ ਜਦੋਂ ਉਹ ਉਲਾਮਾ ਦਿੱਤਾ ਨਾ ਉਹਨੇ ਨਵਾਬ ਨੂੰ ਦੰਦੀਆਂ ਚੜਾਈਆਂ, ਉਹਨੇ ਉਲਾਮਾ ਦਿੱਤਾ ਵੀ ਮਾਤਾ ਜੀ ਤੁਹਾਡਾ ਸਪੁੱਤਰ ਇੱਦਾਂ ਕਰਦਾ, ਇੱਥੋਂ ਫਿਰ ਚਿੱਠੀ ਲਿਖ ਕੇ ਭੇਜੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿ ਮਹਾਰਾਜ ਤੁਸੀਂ ਕਹੋ ਸਾਹਿਬਜ਼ਾਦੇ ਨੂੰ ਕੁਝ। ਅਤੇ ਸਤਿਗੁਰਾਂ ਲਿਖਿਆ ਸੀ ਗੋਬਿੰਦ ਜੋ ਕੀਆ ਸੋ ਭਲਾ ਕੀਆ, ਕਹਿੰਦੇ ਵੀ ਜੋ ਵੀ ਗੋਬਿੰਦ ਰਾਏ ਨੇ ਕੀਤਾ ਠੀਕ ਕੀਤਾ ਹੈ। ਅਤੇ ਨਾਲ ਕਹਿ ਦਿੱਤਾ ਵੀ ਜਦੋਂ ਵੀ ਕਿਤੇ ਕੋਈ ਸਰਕਾਰੀ ਬੰਦਾ ਆਵੇ ਪਹਿਲਾਂ ਤਾਂ ਉਹਨਾਂ ਨੂੰ ਮੂੰਹ ਨਹੀਂ ਲਾਉਣਾ, ਅਤੇ ਜੇ ਕਿਤੇ ਘਰ ਆਈ ਵੜਨ ਕਹਿੰਦੇ ਪੈਂਦ ਵੱਲ ਬਿਠਾਉਣਾ, ਉਹਨਾਂ ਨੂੰ ਸਿਰਹਾਣੇ ਨਹੀਂ ਬਿਠਾਉਣਾ। ਕਹਿੰਦੇ ਵੀ ਪਹਿਲਾਂ ਅਵਲ ਤਾਂ ਉਹਨਾਂ ਨੂੰ ਤੁਰਕੜਿਆਂ ਨੂੰ ਸਰਕਾਰੀ ਅਹਿਲਕਾਰਾਂ ਨੂੰ ਸਤਿਕਾਰ ਨਹੀਂ ਦੇਣਾ, ਜੇ ਆਈ ਬੈਠਣ ਤਾਂ ਪਾਬੰਦੀ ਦੇਣੀ ਸਰਹੰਦੀ ਨਹੀਂ, ਭਾਵ ਕਿ ਸਰਕਾਰੀ ਲੋਕਾਂ ਦੇ ਅੱਗੇ ਉਵੇਂ ਹੱਥ ਜੇ ਜੋੜਨ ਦੀ ਆਦਤ ਹੁੰਦੀ ਨਾ ਲੋਕਾਂ ਨੂੰ, ਉਂਝ ਭਾਵੇਂ ਗਾਲਾਂ ਕੱਢਣ ਪਰ ਜਦੋਂ ਕੋਈ ਅਫਸਰ ਕੋਈ ਆ ਜੇ ਉਹ ਹੱਥ ਜਿਹਾ ਜੋੜ ਕੇ ਚਾਪਲੂਸੀ ਜੀ ਕਰਨ ਲੱਗ ਪੈਣਗੇ। ਅਤੇ ਉਹ ਚੀਜ਼ ਤੋਂ ਮਹਾਰਾਜ ਨੇ ਵਰਜਿਆ, ਕਹਿਣ ਲੱਗੇ ਵੀ ਗੋਬਿੰਦ ਨੇ ਜੋ ਕੀਤਾ ਠੀਕ ਕੀਤਾ ਹੈ, ਜੇ ਕੋਈ ਸਰਕਾਰੀ ਬੰਦਾ ਆਵੇ ਵੀ ਪਹਿਲੀ ਗੱਲ ਘਰੇ ਹੀ ਨਾ ਵੜ ਇਹੋ ਜਿਹਾ ਨੂੰ, ਅਤੇ ਜੇ ਆ ਵੀ ਜਾਣ ਤਾਂ ਕਹਿੰਦੇ ਵੀ ਉਹਨਾਂ ਨੂੰ ਬਹੁਤ ਆਦਰ ਸਤਿਕਾਰ ਨਹੀਂ ਦੇਣਾ, ਗੱਲ ਸੁਣਨ ਅਤੇ ਬਸ ਤੁਰਦੇ ਬਣਨ। ਇਸ ਤਰ੍ਹਾਂ ਹੋਰ ਵੀ ਕਈ ਗੱਲਾਂ ਲਿਖ ਲਿਖ ਭੇਜਦੇ ਹੁੰਦੇ ਸਨ ਮਹਾਰਾਜ ਸੁਣਾਉਂਦੇ, ਅਤੇ ਜਦੋਂ ਰਾਮ ਸਿੰਘ ਉਹਦੀਆਂ ਫੌਜਾਂ ਸਾਰੇ ਸਿੱਖ ਸੁਣਦੇ ਚਿੱਠੀ ਅਤੇ ਖੁਸ਼ ਹੁੰਦੇ ਸਨ, ਉਹ ਹੁਣ ਰਾਮ ਸਿੰਘ ਦੇ ਅੰਦਰ ਖਿੱਚ ਹੈ ਵੀ ਜਿਹੜੀਆਂ ਗੱਲਾਂ ਚਿੱਠੀ ਸੁਣਦੇ ਰਹੇ ਵੀ ਜਿਵੇਂ ਕੌਤਕ ਕਰਦੇ ਨੇ, ਮਹਾਰਾਜ ਛੇਤੀ ਦਰਸ਼ਨ ਕਰੀਏ ਸਾਹਿਬਜ਼ਾਦੇ ਦੇ, ਜਾ ਕੇ ਮੈਂ ਉਹਨਾਂ ਦੇ ਚਰਨ ਸਪਰਸ਼ਨ ਕਰਨੇ ਚਾਹੁੰਦਾ ਹਾਂ। ਅਧਿਕ ਲਾਲਸਾ ਰਹੇ ਔਰ ਮੇਰੇ ਮਨ ਵਿੱਚ ਮਹਾਰਾਜ ਚਿੱਠੀਆਂ ਪੜ੍ਹ ਸੁਣ ਕੇ ਬਹੁਤ ਲਾਲਸਾ ਰਹਿੰਦੀ ਹੈ ਵੀ ਕਦੋਂ ਜਾ ਕੇ ਤੁਹਾਡੇ ਸਪੁੱਤਰ ਦੇ ਦਰਸ਼ਨ ਕਰਾਂਗੇ। ਪ੍ਰਾਪਤ ਹੋਏ ਮੋਹੇ ਇਸ ਬੇਰ, ਉਹ ਲਾਲਸਾ ਉਹ ਇੱਛਾ ਮੇਰੀ ਹੁਣ ਮਹਾਰਾਜ ਪੂਰੀ ਹੋਣੀ ਹੈ, ਕਿਉਂਕਿ ਇਸ ਵੇਲੇ ਹੁਣ ਪਟਨੇ ਆ ਗਏ ਹਾਂ ਅਤੇ ਸਾਨੂੰ ਦਰਸ਼ਨ ਪ੍ਰਾਪਤ ਹੋਣਗੇ ਸਾਹਿਬਜ਼ਾਦੇ ਦੇ। ਸਤਿਗੁਰ ਨਦੀ ਕਿਨਾਰੇ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਗੰਗਾ ਨਦੀ ਦੇ ਕਿਨਾਰੇ ਤੇ ਖਲੋਤੇ ਹੋਏ ਸਨ। ਸੁਣਨ ਰੇਸ਼ ਤੇ ਬਾਕ ਉਚਾਰੇ, ਰਾਮ ਸਿੰਘ ਰਾਜੇ ਦੀ ਗੱਲ ਸੁਣ ਕੇ ਗੁਰਾਂ ਨੇ ਉੱਤਰ ਦਿੱਤਾ, ਹਮ ਭੀ ਮਿਲਹਿ ਜਾਇ ਕਰ ਕਾਲੀ। ਮਹਾਰਾਜ ਸਾਹਿਬ ਕਹਿਣ ਲੱਗੇ ਰਾਮ ਸਿੰਘ ਜੀ ਅਸੀਂ ਵੀ ਮੇਲ ਕਰਨਾ ਚਾਹੁੰਦੇ ਹਾਂ, ਪਰ ਆਪਾਂ ਹੁਣ ਵਿਸ਼ਰਾਮ ਕਰੀਏ, ਰਾਤ ਇੱਥੇ ਕੱਲ੍ਹ ਨੂੰ ਜਾ ਕੇ ਮਿਲਾਂਗੇ ਸਾਹਿਬਜ਼ਾਦੇ ਨੂੰ। ਇਹਾਂ ਬਿਤਾਵਹਿ ਰਾਤ ਉਜਾਲੀ, ਹਾਂ ਜਿਹੜੀ ਰਾਤ ਉਜਲੀ ਰਾਤ ਹੈ, ਚੰਦਰਮਾ ਦੀ ਰਾਤ ਜਿਹੜੀ ਆ ਆਪਾਂ ਇਹ ਗੰਗਾ ਦੇ ਕਿਨਾਰੇ 'ਤੇ ਹੀ ਬਤੀਤ ਕਰਾਂਗੇ, ਕੱਲ੍ਹ ਸਵੇਰੇ ਜਾ ਕੇ ਸਾਹਿਬਜ਼ਾਦੇ ਨਾਲ ਮੇਲ ਹੋਵੇਗਾ। ਖੁਦ ਕਹਿ ਪਠੀ ਮਾਤ ਕੇ ਤੀਰ, ਇਸ ਤਰ੍ਹਾਂ ਮਹਾਰਾਜ ਨੇ ਉੱਥੇ ਡੇਰਾ ਕਰ ਲਿਆ, ਕੁਝ ਸੇਵਕ ਭੇਜ ਕੇ ਅਤੇ ਖਬਰ ਦੇ ਦਿੱਤੀ ਆ ਵੀ ਮਾਤਾ ਨਾਨਕੀ ਜੀ ਨੂੰ ਕਹੋ ਵੀ ਅਸੀਂ ਨਗਰ ਤੋਂ ਬਾਰ ਬਾਰ ਆ ਚੁੱਕੇ ਹਾਂ, ਡੇਰਾ ਪਰਿਓ ਨਦੀ ਕੇ ਤੀਰ, ਅਤੇ ਜਾ ਕੇ ਦੱਸ ਦਿਓ ਮਾਤਾ ਜੀ ਨੂੰ ਵੀ ਗੰਗਾ ਨਦੀ ਦੇ ਕਿਨਾਰੇ 'ਤੇ ਡੇਰਾ ਕੀਤਾ ਹੈ ਉਸਾਂ ਨੇ। ਮਿਲੇ ਪ੍ਰਾਤ ਕੋ ਸੁਣ ਸ਼ੁੱਧ ਹਰਖੀ, ਤੇ ਉਸ ਵੇਲੇ ਜਦੋਂ ਉਹ ਸੁਨੇਹਾ ਲੈ ਕੇ ਆਇਆ ਤੇ ਮਾਤਾ ਨਾਨਕੀ ਜੀ ਨੂੰ ਸ਼ੁੱਧ ਕਹਿ ਪਠੀ ਮਾਤ ਕੇ ਤੀਰ, ਡੇਰਾ ਪਰਿਓ ਨਦੀ ਕੇ ਤੀਰ, ਵੀ ਮਾਤਾ ਜੀ ਗੰਗਾ ਨਦੀ ਦੇ ਕਿਨਾਰੇ ਤੇ ਮਹਾਰਾਜ ਉਤਰੇ ਨੇ,
ਮਿਲੇ ਪ੍ਰਾਤ ਕੋ, ਸਵੇਰੇ ਅੰਮ੍ਰਿਤ ਵੇਲੇ ਆ ਕੇ ਆਪ ਜੀ ਨੂੰ ਮਿਲਣਗੇ। ਸਤਿਗੁਰੂ ਕਹਿੰਦੇ ਸੀ ਵੀ ਦੱਸ ਦਿਓ ਮਾਤਾ ਜੀ, ਸਵੇਰੇ ਦਰਸ਼ਨ ਕਰਾਂਗੇ ਤੁਹਾਡੇ। ਅਤੇ ਜਦੋਂ ਮਾਤਾ ਨਾਨਕੀ ਜੀ ਨੂੰ ਖਬਰ ਮਿਲੀ ਵੀ ਮੇਰਾ ਪੁੱਤਰ ਆਇਆ ਹੈ, ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਤਾਂ ਸੁਣ ਕੇ ਬਹੁਤ ਖੁਸ਼ ਹੋਏ। ਗਰਭਦਾਨ ਕੀ ਧਾਰਾ ਵਰਗੀ, ਬਸ ਫਿਰ ਕੀ ਇਹ ਗੱਲ ਸੁਣਦੇ ਹਾਂ ਖੁਸ਼ੀ ਦੇ ਵਿੱਚ, ਦਾਨ ਕਰਨ ਦੇ ਲਈ ਧਨ ਦੀ ਵਰਖਾ ਹੀ ਕਰ ਦਿੱਤੀ ਮਾਤਾ ਜੀ ਨੇ। ਜਾ ਚੰਗਨ ਹਕਾਰ ਕਰ ਦੇ, ਬਹੁਤ ਜਿਹੜੇ ਲੋੜਵੰਦ ਸਨ ਮੰਗਤੇ ਉਹਨਾਂ ਨੂੰ ਸੱਦ ਸੱਦ ਕੇ ਵੀ ਮੇਰਾ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਆਇਆ ਹੈ, ਆਪਣੇ ਪੁੱਤਰ ਗੋਬਿੰਦ ਰਾਏ ਨਾਲ ਮਿਲਣਗੇ 5 ਸਾਲਾਂ ਬਾਅਦ। ਮਾਂ ਇਸ ਖੁਸ਼ੀ ਵਿੱਚ ਹੀ ਨਹੀਂ ਸਮਾ ਰਹੀ ਤੇ ਮੰਗਤਿਆਂ ਨੂੰ ਦਾਨ ਦਿੱਤਾ। ਸਨੇਹ ਜਿਸ ਕੇ ਮਨ ਪੀ, ਜਿਸ ਸ੍ਰੀ ਮਾਤਾ ਨਾਨਕੀ ਜੀ ਦੇ ਮਨ ਵਿੱਚ ਆਪਣੇ ਪੁੱਤਰ ਦਾ ਬਹੁਤਾ ਹੀ ਸਨੇਹ ਹੈ, ਬਹੁਤਾ ਹੀ ਪ੍ਰੇਮ ਹੈ। ਪੋਤਰੇ ਕੋ ਅੰਕ ਸੁਣਾ, ਆਪਣੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੋਦੀ ਵਿੱਚ ਬਿਠਾ ਲਿਆ ਤੇ ਕਹਿਣ ਲੱਗੇ ਵੀ ਲਾਲ ਜੀ ਸੁਣਨਾ ਕਰੋ, ਤੇਰੋ ਪਿਤਾ ਭੋਰ ਕੋ ਆਵੇ, ਤੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸਵੇਰੇ ਘਰੇ ਆਉਣਗੇ, ਆਪਾਂ ਉਹਨਾਂ ਨਾਲ ਮਿਲਾਂਗੇ। ਆਨੰਦ ਸੁਣ ਸੁਣ ਸਭ ਕੀ, ਮਹਾਰਾਜ ਦੇ ਸਾਹਿਬ ਸਾਰੇ ਪਰਿਵਾਰ ਨੇ ਸੁਣ ਸੁਣ ਕੇ ਬਹੁਤਾ ਹੀ ਆਨੰਦ ਮੰਨਿਆ, ਜਿਹਨੂੰ ਜਿਹਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਆਣ ਪਹੁੰਚੇ ਹਨ। ਸੇਵਕ ਸਿੱਖ ਮਿਲੇ ਸੁੱਖ ਪੀਣਾ, ਸੁੱਖਾਂ ਦੇ ਨਾਲ ਭਰੇ ਹੋਏ ਬਹੁਤ ਤਗੜੇ ਸੁੱਖ ਮਾਣਦੇ ਹੋਏ ਸਿੱਖ ਸੇਵਕ ਇੱਕ ਥਾਂ ਇਕੱਠੇ ਹੋ ਗਏ। ਕਾਲ ਮੈਂ ਹਟ ਗੁਰ ਆਏ, ਅੱਗੇ ਬਹੁਤ ਲੰਮਾ ਸਮਾਂ ਹੋਇਆ ਹੈ ਵੀ ਵਾਪਸ ਮੁੜ ਕੇ ਗੁਰੂ ਤੇਗ ਬਹਾਦਰ ਸਾਹਿਬ ਹੁਣ ਫਿਰ ਪਟਨੇ ਆ ਗਏ ਹਨ। ਵਧਾਈ ਮਿਲ ਸਮੁਦਾਇ, ਸਾਰੇ ਮਿਲ ਮਿਲ ਕੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ, ਮਾਤਾ ਜੀ ਵਧਾਈਆਂ ਹੋਣ, ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹਨ। ਉਤਸਵ ਕਰਤੇ ਰਾਤ ਬਤਾਈ, ਇਹ ਵੀ ਖੁਸ਼ੀ ਦੇ ਵਿੱਚ ਉਤਸਵ ਕਰਦਿਆਂ ਕਰਦਿਆਂ ਹੀ ਰਾਤ ਕਿੰਨੀ ਲੰਘ ਗਈ ਤੇ ਇਸੇ ਤਰ੍ਹਾਂ ਹੀ ਮਨ ਵੀ ਰਾਤ ਬਤੀਤ ਹੋ ਗਈ ਖੁਸ਼ੀਆਂ ਵਿੱਚ। ਜਾਗੇ ਪਿੱਖ ਪ੍ਰਭਾਤ ਹੋਇਆ, ਕੁਝ ਸਮਾਂ ਵਿਸ਼ਰਾਮ ਕੀਤਾ, ਅੰਮ੍ਰਿਤ ਵੇਲੇ ਜਾਗੇ ਨੇ, ਜਦੋਂ ਪ੍ਰਭਾਤ ਦਾ ਸਮਾਂ ਹੋ ਆਯਾ। ਸ੍ਰੀ ਗੁਜਰੀ ਕਰ ਨੀਰ ਉਸ਼ਨ ਕੋ, ਤੇ ਸ੍ਰੀ ਮਾਤਾ ਗੁਜਰੀ ਜੀ ਆਪਣੇ ਲਾਲ ਨੂੰ ਤਿਆਰ ਕਰਨ ਲੱਗੇ ਨੇ ਵੀ ਅੱਜ ਮੇਰੇ ਪੁੱਤਰ ਨੇ ਆਪਣੇ ਪਿਤਾ ਜੀ ਦੇ ਦਰਸ਼ਨ ਕਰਨੇ ਹਨ, 5 ਸਾਲਾਂ ਦੇ ਹੋ ਗਏ ਨੇ। ਤੇ ਮਾਤਾ ਜੀ ਨੇ ਜਲ ਗਰਮ ਕੀਤਾ ਤੇ ਜਲ ਗਰਮ ਕਰਕੇ ਪੁੱਤਰ ਇਸ਼ਨਾਨ ਹੈ ਮਰਦਤ ਤਨ ਕੋ, ਆਪਣੇ ਪੁੱਤਰ ਗੋਬਿੰਦ ਰਾਏ ਜੀ ਦੇ ਸਰੀਰ ਦਾ ਇਸ਼ਨਾਨ ਕਰਦੇ ਨੇ, ਸਰੀਰ ਨੂੰ ਮਲ ਮਲ ਕੇ ਤੇ ਸੋਹਣਾ ਕੱਢਦੇ ਹਨ। ਬਹੁਰ ਬਸਤਰ ਬਰ ਬਹੁਤ ਬਰਨ ਕੇ, ਤੇ ਇਸ਼ਨਾਨ ਕਰਕੇ ਬਹੁਰ ਫਿਰ ਪੁਨਾ ਬਸਤਰ ਬਰ ਬਹੁਤ ਸੋਹਣੇ ਸ੍ਰੇਸ਼ਟ ਬਸਤਰ ਬਹੁਤ ਬਰਨ ਕੇ ਜਿਹੜੇ ਕਈ ਰੰਗਾਂ ਦੇ ਸੋਹਣੇ ਸੋਹਣੇ ਹਨ। ਪਹਿਰਾਵਤ ਦੁੱਤ ਹੇਤ ਕਰਨ, ਆਪਣੇ ਪੁੱਤਰ ਦੀ ਸ਼ੋਭਾ ਵਧਾਉਣ ਦੇ ਲਈ ਵੀ ਮੇਰੇ ਪੁੱਤਰ ਦੀ ਹੋਰ ਸ਼ੋਭਾ ਵਧੇ, ਮੇਰਾ ਲਾਲ ਸੋਹਣਾ ਲੱਗੇ ਜਦੋਂ ਆਪਣੇ ਪਿਤਾ ਦੀ ਗੋਦ ਵਿੱਚ ਬੈਠੇ ਤੇ ਆਪਣੇ ਪੁੱਤਰ ਨੂੰ ਮਾਤਾ ਗੁਜਰੀ ਜੀ ਸਜਾਉਣ ਫਵਾਉਣ ਦੇ ਵਾਸਤੇ ਕੱਪੜੇ ਪਹਿਨਾਉਂਦੇ ਹਨ। ਕੰਚਨ ਕੁੰਡਲ ਜਟਤ ਜਵਾਹਰ, ਤੇ ਕਹਿੰਦੇ ਸੋਨੇ ਦੀ ਜਲ ਜੜਤ ਤੇ ਜਿਨ੍ਹਾਂ 'ਚ ਜਵਾਹਰ ਆਦਿਕ ਜੜੇ ਹੋਏ ਨੇ ਐਸੇ ਕੁੰਡਲ ਪਹਿਨਾਏ। ਮੁਕਤਾ ਉਜਲ ਦੀਪਤ ਹੈ ਜਾਹਰ, ਜਿਨ੍ਹਾਂ ਦੇ ਵਿੱਚ ਮੋਤੀ ਲੱਗੇ ਹੋਏ ਦਿਵਤੇ ਪ੍ਰਕਾਸ਼ ਰਹੇ ਨੇ, ਜਾਹਰ ਹੀ ਜਿਨ੍ਹਾਂ ਦਾ ਚਾਨਣ ਸੋਹਣਾ ਫੱਬਦਾ ਹੈ। ਗੋਲ ਵਿਸਾਲ ਆਪ ਬੜ ਖਰੇ, ਕਹਿੰਦੇ ਵੀ ਗੋਲ ਗੋਲ ਹਨ ਮੋਤੀ ਵਿਸਾਲ
ਆਪ ਆਭਾ ਸ਼ੋਭਾ ਜਿਨ੍ਹਾਂ ਦੀ ਬਹੁਤ ਹੀ ਚੰਗੀ ਤੇ ਖਰੀ ਹੈ। ਮੁਖ ਮੰਡਲ ਪਰ ਸ਼ੋਭਾ ਕਰੇ ਤੇ ਗੋਲ ਜਿਹਾ ਮੁਖੜਾ ਹੈ ਮਹਾਰਾਜ ਸਾਹਿਬ ਜੀ ਦਾ, ਜਿਹਦੇ ਉੱਪਰ ਪਾਏ ਹੋਏ ਗਹਿਣਿਆਂ ਦੀ ਸ਼ੋਭਾ ਹੋਰ ਵੱਧ ਰਹੀ ਹੈ। ਸਿਰ ਪਰ ਚੀਰਾ ਚਾਰ ਸੁਹਾਵਾ, ਸੀਸ ਦੇ ਉੱਤੇ ਸੋਹਣਾ ਦਸਤਾਰਾ ਬੰਨ ਦਿੱਤਾ ਮਹਾਰਾਜ ਜੀ ਦੇ। ਜਿਗਾ ਬੰਦ ਕਰ ਬਹੁਤ ਉਤਪਾਵ, ਉਹਦੇ ਉੱਪਰ ਫੇਰ ਜਿਗਾ ਤੇ ਕਲਗੀ ਲਾ ਦਿੱਤੀ, ਜਿਹਦੇ ਨਾਲ ਸਤਿਗੁਰਾਂ ਦੀ ਦਸਤਾਰ ਤੇ ਸਰੂਪ ਦੀ ਹੋਰ ਜ਼ਿਆਦੀ ਸ਼ੋਭਾ ਵੱਧ ਗਈ। ਲਗਮਾਲਾ ਮੁਕਤਨ ਕੀ ਲੜੀ ਤੇ ਮੋਤੀਆਂ ਦੀ ਇੱਕ ਲੜੀ ਬਣਾਈ ਹੋਈ ਛੋਟੀ ਮਾਲਾ ਮਹਾਰਾਜ ਸਾਹਿਬ ਜੀ ਦੇ ਗਲੇ ਵਿੱਚ ਪਹਿਨਾ ਦਿੱਤੀ। ਲੋਲਕ ਲਟਕਤ ਸਬਜ਼ੇ ਜ਼ਰੀ, ਜਿਹਦੇ ਵਿੱਚ ਲੋਲਕ ਲਟਕ ਰਹੀ ਹੈ, ਇੱਕ ਪੱਤਾ ਜਿਹਾ ਹੁੰਦਾ ਹੈ, ਪੱਤੇ ਦੇ ਵਰਗਾ ਗਹਿਣਾ ਹੁੰਦਾ ਜਿਹੜਾ ਮਾਲਾ ਦੇ ਵਿੱਚ ਪਾਉਂਦੇ ਹੁੰਦੇ ਸਨ, ਤੇ ਸਬਜ਼ੇ ਫਿਰ ਜਿਹਦੇ ਵਿੱਚ ਹਰੇ ਰੰਗ ਦੇ ਪੰਨੇ ਆਦਿਕ ਜਰੀ ਜੜੇ ਹੋਏ ਨੇ, ਉਹ ਲੋਲਕ ਜਿਹੜਾ ਹੈ ਮੋਤੀਆਂ ਦੀ ਮਾਲਾ ਵਿੱਚ ਲਟਕਾਇਆ ਹੋਇਆ ਹੈ। ਸੋਹਣੀ ਮੋਤੀਆਂ ਦੀ ਮਾਲਾ ਹੈ, ਲੋਲਕ ਨਾਮ ਦਾ ਗਹਿਣਾ ਹੈ, ਉਸ ਗਹਿਣੇ ਵਿੱਚ ਹਰੇ ਰੰਗ ਦੇ ਪੰਨੇ ਆਦਿਕ ਲੱਗੇ ਹੋਏ ਹਨ ਤੇ ਬਹੁਤ ਸੁੰਦਰ ਸ਼ੋਭਾ ਬਣ ਰਹੀ ਹੈ। ਹੀਰੇ ਵਿੱਚ ਦਮਕੇ ਬਹੁ ਮੁੱਲੇ ਤੇ ਬਹੁਤ ਕੀਮਤੀ ਕਹਿੰਦੇ ਹੀਰੇ ਵੀ ਲੱਗੇ ਹੋਏ ਦਮਕਾਂ ਮਾਰ ਰਹੇ ਹਨ। ਜਦੋਂ ਇੱਧਰ ਉੱਧਰ ਮਹਾਰਾਜ ਸਾਹਿਬ ਜੀ ਵੇਖਦੇ ਹਨ ਤਾਂ ਉਸ ਵੇਲੇ ਬਹੁਤ ਪ੍ਰਕਾਸ਼ ਹੁੰਦਾ ਦਿਪਤ ਹੈ ਉੱਤ, ਜਦੋਂ ਉਹ ਜਿਹੜਾ ਪੱਤੇ ਦੇ ਅਰਗਾ ਗਹਿਣਾ ਹਿੱਲਦਾ ਹੈ ਨਾ ਮਹਾਰਾਜ ਜੀ ਛਾਤੀ ਤੇ, ਕਦੀ ਇੱਧਰ ਨੂੰ ਜਾਂਦਾ ਕਦੀ ਇੱਧਰ ਨੂੰ ਜਾਂਦਾ ਤੇ ਬੜਾ ਪ੍ਰਕਾਸ਼ ਦਾ ਏ। ਨਵ ਰਤਨੇ ਬਾਹਨ ਬੰਦਵਾਏ ਤੇ ਨੌ ਰਤਨ ਜਿਹੜੇ ਹਨ ਬਹੁਟੇ ਜੇ ਡੌਲਿਆਂ ਲਾਗੇ ਕੜੇ ਜੇ ਪਾਉਂਦੇ ਹੁੰਦੇ, ਉਹਨਾਂ ਦੇ ਨੌ ਰਤਨ ਜੜਤ ਕਰਕੇ ਡੌਲਿਆਂ ਤੇ ਪਾਏ ਹੋਏ ਹਨ। ਜਨ ਨਵ ਗ੍ਰਹਿ ਭੋਜ ਸੋਂ ਲਪਟਾਏ, ਜਨ ਨਵ ਗ੍ਰਹਿ ਭੁਜ ਸੋਂ ਲਪਟਾਏ, ਮਾਨੋ ਵੀ ਜਿਹੜੇ ਨੌ ਗ੍ਰਹਿ ਹੁੰਦੇ ਨੇ ਉਹ ਸਾਰੇ ਮਹਾਰਾਜ ਦੀਆਂ ਬਾਹਾਂ ਨਾਲ ਹੀ ਆ ਕੇ ਲਟਕੇ ਹੋਣ। ਕੰਚਨ ਕੰਕਨ ਕੰਚਨ ਦਿਪਤੇ ਜਰਾਉ ਤੇ ਕੰਕਨ ਕੰਚਨ ਸੋਨੇ ਦੇ ਕੜੇ ਦਿਪਹਿ ਜਰਾਉ, ਜਿਹਦੇ ਵਿੱਚ ਜੜਤ ਕੀਤੀ ਹੋਈ ਹੈ, ਬੜੇ ਪ੍ਰਕਾਸ਼ ਰਹੇ ਹਨ। ਜੁਗ ਕਰ ਮਹਿ ਸੁੰਦਰ ਪਹਿਰਾ, ਦੋਵਾਂ ਹੱਥਾਂ ਦੇ ਵਿੱਚ ਮਹਾਰਾਜ ਦੇ ਬੜੇ ਸੋਹਣੇ ਨਗਾਂ ਦੀ ਜੜਤ ਵਾਲੇ ਕੜੇ ਪਹਿਨਾ ਦਿੱਤੇ ਮਾਤਾ ਨੇ। ਚੀਨੇ ਅੰਬਰ ਕੋ ਗਰ ਜਾਮਾ ਤੇ ਬਹੁਤ ਹੀ ਚੀਨੇ ਬਹੁਤ ਸੂਖਮ ਤੇ ਬੜੇ ਸੋਹਣੇ ਕਹਿੰਦੇ ਵੀ ਸੂਤ ਦਾ ਬਣਿਆ ਹੋਇਆ ਚੋਲਾ ਸਤਿਗੁਰਾਂ ਦੇ ਗਲ ਵਿੱਚ ਪਹਿਨਾ ਦਿੱਤਾ। ਪਹਿਰਾ ਯਹੁ ਸ਼ੋਭਤ ਅਬਰਾਮਾ, ਜਦੋਂ ਚੋਲਾ ਪਾਇਆ ਸਤਿਗੁਰਾਂ ਦੇ, ਸੋਹਣਾ ਬਣਿਆ ਬਰੀਕ ਸੂਤ ਦਾ ਤੇ ਬਹੁਤ ਸੁੰਦਰ ਫੱਬ ਹੋ ਗਈ ਮਹਾਰਾਜ ਦੇ ਸਮੇਤ ਚੋਲੇ ਦੇ। ਜ਼ਰੀਦਾਰ ਜਿਸ ਕੇ ਜੁਗ ਸ਼ੋਰ ਤੇ ਫੇਰ ਜਿਹਦੇ ਦੋਵੇਂ ਪੱਲਿਆਂ ਤੇ ਜਰੀ ਦਾ ਕੰਮ ਹੋਇਆ, ਸੋਨੇ ਦਾ ਤਿੱਲਾ ਕੱਢਿਆ ਹੋਇਆ ਜਿੱਥੇ, ਡਾਰ ਸਿਕੰਦ ਤਰੇ ਕੋ ਸ਼ੋਰ, ਐਸਾ ਸੋਹਣਾ ਜਿਹੜਾ ਦੁਪੱਟਾ ਹੈ ਮਹਾਰਾਜ ਸਾਹਿਬ ਦੇ ਗਲ ਦੇ ਵਿੱਚ ਦੋਵਾਂ ਮੋਢਿਆਂ ਤੋਂ ਹੇਠਾਂ ਨੂੰ ਲਟਕਾ ਦਿੱਤਾ ਮਾਤਾ ਨੇ। ਹਿਮ ਸਜਾਏ ਕਰ ਸੁੰਦਰ ਸਾਰ, ਇਹ ਸਾਰਾ ਸਰੂਪ ਸੋਹਣਾ ਸਜਾ ਕਰਕੇ ਦਸਤਾਰ ਬੰਨੀ ਚੋਲਾ ਪਾਇਆ ਹਰ ਤਰ੍ਹਾਂ ਕਰਕੇ ਜਦੋਂ ਸੱਜ ਫੱਬ ਗਏ। ਸਮਝਾਵਤ ਦੇ ਸੇਖ ਉਦਾਰੇ ਤੇ ਪ੍ਰਗਟ ਹੀ ਬਹੁਤ ਸਿੱਖਿਆ ਦੇ ਕੇ ਮਾਂ ਸਮਝਾਉਂਦੀ ਹੈ ਵੀ ਲਾਲ ਜੀ ਜਦੋਂ ਆਪਣੇ ਪਿਤਾ ਜੀ ਨੂੰ ਮਿਲੋਗੇ, ਤੋਹੇ ਪਿਤਾ ਕੇ ਸਾਥ ਨਰੇਸ਼, ਤੁਹਾਡੇ ਪਿਤਾ ਦੇ ਨਾਲ ਉਹ ਰਾਜਾ ਰਾਮ ਸਿੰਘ ਵੀ ਆਵੇਗਾ ਤੁਹਾਨੂੰ ਮਿਲਣ ਵਾਸਤੇ। ਐਹੈ ਨਰਗਨ ਸੰਗ ਵਿਸ਼ੇਸ਼, ਹੋਰ ਵੀ ਬਹੁਤ ਸਾਰੇ ਲੋਕ ਆਉਣਗੇ ਤੁਹਾਡੇ ਪਿਤਾ ਜੀ ਦੇ ਨਾਲ। ਕਰ ਬੰਧਨ ਪਿਤ ਅੰਕ ਥੇਰੀ ਜੈ, ਏਦਾਂ ਕਰਨਾ ਹੈ ਵੀ ਪਹਿਲਾਂ ਆਪਣੇ ਪਿਤਾ ਜੀ ਨੂੰ ਨਮਸਕਾਰ ਕਰਕੇ ਫਿਰ ਉਹਨਾਂ ਦੀ ਗੋਦ ਵਿੱਚ ਬੈਠ ਜਾਣਾ ਹੈ। ਸੰਗ ਬੋਲ ਬੋ ਕੀ, ਮਾਂ ਗੁਜਰੀ ਦੱਸਦੀ ਹੈ ਲਾਲ ਜਦੋਂ
ਰਾਜਾ ਰਾਮ ਸਿੰਘ ਤੁਹਾਡੇ ਨਾਲ ਕੋਈ ਵਚਨ ਕਰੇ, ਹਾਸਾ ਕਰੇ, ਖੁਸ਼ੀ ਮਨਾਵੇ ਤਾਂ ਉਹਦੇ ਨਾਲ ਅੱਗੋਂ ਜਵਾਬ ਜ਼ਰੂਰ ਦੇਣਾ, ਉਹਦੇ ਨਾਲ ਵੀ ਖੁਸ਼ ਹੋ ਕੇ ਗੱਲਾਂ ਕਰਨੀਆਂ ਹਨ। ਹਿਮ ਘਰ ਮੈਂ ਫਰਸ਼ਾਦਕ ਤਿਆਰੀ, ਇਸ ਤਰ੍ਹਾਂ ਆਮ ਹੀ ਨਾ ਪਹਿਲਾਂ, ਹੁਣ ਵੀ ਕਈ ਕਈ ਥਾਵਾਂ 'ਤੇ ਹੈ ਵੀ ਜਦੋਂ ਕੋਈ ਬੱਚੇ ਉਹਨਾਂ ਨੂੰ ਮਾਪੇ ਸਿਖਾਉਂਦੇ ਹੁੰਦੇ ਸਨ, ਜਦੋਂ ਬਾਹਰੋਂ ਕਿਸੇ ਨੇ ਕੋਈ ਵੱਡੇ ਨੇ ਕੋਈ ਰਿਸ਼ਤੇਦਾਰ ਪ੍ਰਾਹੁਣੇ ਨੇ ਆਉਣਾ ਵੀ ਪੁੱਤਰ ਜੀ, ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਸਤਿਕਾਰ ਨਾਲ ਮਿਲਣਾ, ਪੈਰੀ ਹੱਥ ਲਾਉਣਾ ਹੈ, ਅਦਬ ਨਾਲ ਬੋਲਣਾ, ਇਹੋ ਜਿਹੀ ਸਿੱਖਿਆ ਮਾਵਾਂ ਦਿੰਦੀਆਂ ਹੁੰਦੀਆਂ ਸਨ ਪਹਿਲਾਂ। ਅਤੇ ਇਸ ਤਰ੍ਹਾਂ ਹੀ ਮਾਤਾ ਗੁਜਰੀ ਜੀ ਸਿੱਖਿਆ ਦੇ ਰਹੇ ਨੇ, ਲਾਲ ਜੀ ਆਪਣੇ ਪਿਤਾ ਜੀ ਨੂੰ ਨਮਸਕਾਰ ਕਰਕੇ ਅਤੇ ਗੋਦ 'ਚ ਬਹਿ ਜਾਇਓ, ਫਿਰ ਰਾਜਾ ਰਾਮ ਸਿੰਘ ਤੁਹਾਡੇ ਨਾਲ ਗੱਲਾਂ ਕਰੇ ਤਾਂ ਤੁਸੀਂ ਵੀ ਅੱਗੋਂ ਉਹਦਾ ਹੁੰਗਾਰਾ ਜ਼ਰੂਰ ਭਰਿਓ। ਇਸ ਤਰ੍ਹਾਂ ਕਹਿ ਕੇ ਮਾਤਾ ਜੀ ਨੇ ਘਰ ਦੇ ਵਿੱਚ ਚੰਗੀ ਤਰ੍ਹਾਂ ਫਰਸ਼ ਆਦਿਕ, ਗਲੀਚੇ ਆਦਿਕ ਦੀ ਵਿਛਾਈ ਦੀ ਤਿਆਰੀ ਕਰਾ ਦਿੱਤੀ। ਕਰਤ ਭਏ ਪ੍ਰਤੀਖਣ ਧਾਰੀ, ਤੇ ਮਹਾਰਾਜ ਸਾਹਿਬ ਜੀ ਦੇ ਉਡੀਕ ਧਾਰਨ ਕਰਕੇ ਤੇ ਸੋਚ ਰਹੇ ਹੈ ਵੀ ਉਹ ਸੁਹਾਵਣਾ ਸਮਾਂ ਹੁਣ ਆਵੇਗਾ ਜਦੋਂ 5 ਵਰ੍ਹਿਆਂ ਪਿੱਛੋਂ ਮੇਰਾ ਲਾਲ ਆਪਣੇ ਪਿਤਾ ਦੀ ਗੋਦ ਵਿੱਚ ਬੈਠੇਗਾ ਤੇ ਅਸੀਂ ਸਾਰੇ ਹੀ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਸਿੱਖ ਅੱਡ ਖੁਸ਼ ਨੇ ਵੀ ਮਹਾਰਾਜ ਨੇ ਆਉਣਾ, ਮਾਤਾ ਨਾਨਕੀ ਨੂੰ ਵੱਖਰੀ ਖੁਸ਼ੀ ਹੈ ਵੀ ਇੱਕ ਤਾਂ ਮੇਰਾ ਪੁੱਤਰ ਆਉਣਾ ਹੈ ਅਤੇ ਦੂਸਰਾ ਮੇਰੇ ਪੋਤਰੇ ਨਾਲ ਉਹਦਾ ਮਿਲਾਪ ਹੋਣਾ। ਮਾਤਾ ਗੁਜਰੀ ਦੀ ਖੁਸ਼ੀ ਆਪਣੀ ਹੈ ਵੀ ਮੇਰਾ ਪੁੱਤਰ ਲਾਲ ਆਪਣੇ ਪਿਤਾ ਦੇ ਨਾਲ ਖੇਡੇਗਾ, ਵਚਨ ਕਰੇਗਾ, ਜੋ ਖੇਡਾਂ ਅਸੀਂ ਵੇਖੀਆਂ ਉਹ ਸਤਿਗੁਰੂ ਵੇਖਣਗੇ। ਇਸ ਤਰ੍ਹਾਂ ਸਾਰੇ ਆਪੋ ਆਪਣੇ ਚਾਰਜ ਉਡੀਕ ਕਰ ਰਹੇ ਹਨ ਅਤੇ ਉੱਧਰ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਤਿਆਰ ਹੋ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਰਾਜੇ ਸਮੇਤ ਪਹੁੰਚਦੇ ਨੇ ਅਤੇ ਸਤਿਗੁਰੂ ਸਾਹਿਬ ਜੀ ਦਾ ਜਿਵੇਂ ਮੇਲ ਮਿਲਾਪ ਹੁੰਦਾ ਹੈ, ਇਹ ਮੇਲ ਮਿਲਾਪ ਵਾਲਾ ਜੋ ਪ੍ਰਸੰਗ ਹੈ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਇਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਕਥਾ ਕਹਿੰਦਿਆਂ ਸੁਣਦਿਆਂ ਨੇ ਕਈ ਭੁੱਲਾਂ ਗਲਤੀਆਂ ਹੋਈਆਂ ਹਨ, ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਕਰ ਬੰਧਨ ਪਿਤ ਅੰਕ ਥਰੀ ਜੈ, ਨ੍ਰਿਪ ਕੇ ਸੰਗ ਬੋਲ ਬੋ ਕੀ ਜੈ, ਹਿਮ ਘਰ ਮੈਂ ਫਰਸ਼ਾਦਿਕ ਤਿਆਰੀ, ਕਰਤ ਭਏ ਪ੍ਰਤੀਖਨ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰਾਥ ਅਗਮ ਪੂਰਨ ਮੋਹਿ ਮਾਇਆ ਧਾਰ, ਅੰਧ ਕੂਪ ਮਹਾ ਭਿਆਨ, ਪਾਰ ਉਤਾਰ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ, ਸੁਨਹਿ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੇ ਪਾਰ, ਜੋ ਸ਼ਰਧਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ।